ਅਸਲਾਮ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਦੋਸਤੋ। ਮੈਂ ਹਾਂ ਅਹਿਮਦ ਰਜ਼ਾ, ਔਰ ਤੁਸੀਂ ਜਿਵੇਂ ਕਿ ਜਾਣਦੇ ਹੋ ਕਿ ਅਗਸਤ ਵੰਡਾਂ ਦਾ ਮਹੀਨਾ ਹੈ। ਅਗਸਤ ਨੇ ਕੀ ਵੰਡ ਪਾਈ, ਉਹਦੇ ਅੰਦਰ ਸਾਨੂੰ ਦੋ ਨਵੇਂ ਮੁਲਕ 'ਤੇ ਬਣੇ ਹੋਏ ਨਜ਼ਰ ਆਉਂਦੇ ਹਨ, ਇੰਡੀਆ ਔਰ ਪਾਕਿਸਤਾਨ। ਔਰ ਹਰ ਸਾਲ ਇਹਦੇ ਅੰਦਰ ਜਸ਼ਨ ਵੀ ਤੁਹਾਨੂੰ ਮੁਖਤਲਿਫ ਲੋਕ ਮਨਾਉਂਦੇ ਹਨ। ਦੋਨੋਂ ਰਿਆਸਤਾਂ ਜਸ਼ਨ ਮਨਾਉਂਦੀਆਂ ਹਨ, ਕੋਈ 14 ਨੂੰ ਮਨਾਉਂਦੀ ਹੈ, ਕੋਈ 15 ਨੂੰ ਮਨਾਉਂਦੀ ਹੈ, ਲੇਕਿਨ ਇੱਕ ਕੌਮ ਹੈ ਇਹਨਾਂ ਦੇ ਵਿਚਕਾਰ, ਪੰਜਾਬ, ਜਿਨ੍ਹਾਂ ਦਾ ਦੋਨੋਂ ਸਾਈਡਾਂ 'ਤੇ ਵੰਡ ਕੇ ਕੁਛ ਹਿੱਸਾ ਇੰਡੀਆ ਨੂੰ ਦੇ ਦਿੱਤਾ ਜਾਂਦਾ, ਕੁਛ ਪਾਕਿਸਤਾਨ ਨੂੰ ਦੇ ਦਿੱਤਾ ਜਾਂਦਾ ਹੈ। ਇਸ ਕੌਮ ਦੀ ਹਿਸਟਰੀ ਕੀ ਸੀ, ਔਰ ਪਾਰਟੀਸ਼ਨ ਦੇ ਅੰਦਰ ਕਿਹੜੇ ਐਸੇ ਲੋੜਾਂ ਸਨ ਜਿਹੜੀਆਂ ਪਾਰਟੀਸ਼ਨ ਜ਼ਰੂਰੀ ਹੈ ਸੀ, ਇਸ ਨੂੰ ਅਸੀਂ ਡਿਸਕਸ ਅੱਜ ਕੱਲ੍ਹ ਨਹੀਂ ਕਰ ਪਾਏ। ਇੱਕ ਡਰ ਔਰ ਖੌਫ ਦੀ ਫਿਜ਼ਾ ਸੀ ਦੋਨੋਂ ਸਾਈਡਸ 'ਤੇ, ਲੇਕਿਨ ਜਿਵੇਂ ਹੀ 21ਵੀਂ ਸਦੀ ਸ਼ੁਰੂ ਹੁੰਦੀ ਹੈ ਅਤੇ ਇਹ ਕੁਛ ਡਿਸਕਸ ਹੋਣਾ ਸ਼ੁਰੂ ਹੁੰਦਾ ਹੈ, ਸੋਸ਼ਲ ਮੀਡੀਆ ਦੀ ਇਹ ਦੇਣ ਹੈ ਕਿ ਲੋਕਾਂ ਨੇ ਸੋਚਣਾ ਸ਼ੁਰੂ ਕੀਤਾ, ਲੋਕਾਂ ਨੇ ਸਵਾਲ ਕਰਨਾ ਸ਼ੁਰੂ ਕੀਤਾ। ਇਸ ਰਾਹੀਂ ਅਸੀਂ ਮੁਖਤਲਿਫ ਜਿਹੜੀ ਪ੍ਰੋਗਰਾਮ ਦੀ ਸੀਰੀਜ਼ ਹੈ ਪਾਰਟੀਸ਼ਨ ਦੇ ਹਵਾਲੇ ਦੇ ਨਾਲ, ਇੱਕ ਲੰਬੀ ਸੀਰੀਜ਼ ਚੱਲੇਗੀ, ਇਹਦੇ 'ਚ ਅਸੀਂ ਹਰ ਐਸਪੈਕਟ 'ਤੇ ਗੱਲ ਕਰਾਂਗੇ, ਔਰ ਯਕੀਨਨ ਤੁਹਾਨੂੰ ਇਸ ਬਾਰੇ ਕੁਝ ਜਾਣਨ ਦਾ ਬਹੁਤ ਮੌਕਾ ਮਿਲੇਗਾ। ਪਾਰਟੀਸ਼ਨ ਦੀ ਸਟੋਰੀਜ਼ ਤੁਸੀਂ ਪੰਜਾਬੀ ਪ੍ਰਚਾਰ 'ਤੇ ਔਰ ਬਾਕੀ ਜਿਤਨੇ ਪੰਜਾਬੀ ਦੇ ਚੈਨਲਸ ਹਨ ਉਹਦੇ 'ਤੇ ਦੇਖਦੇ ਰਹਿੰਦੇ ਹੋ, ਲੇਕਿਨ ਇਸ ਨੂੰ ਇੰਟਲੈਕਚੁਅਲ ਵੇ ਦੇ ਨਾਲ, ਇੱਕ ਜਰਨਲਿਸਟਿਕ ਵੇ ਦੇ ਨਾਲ ਅੱਜ ਤੱਕ ਡਿਸਕਸ ਨਹੀਂ ਕੀਤਾ ਗਿਆ। ਸੋ ਪੰਜਾਬੀ ਪ੍ਰਚਾਰ ਦੀ ਇਹ ਕੋਸ਼ਿਸ਼ ਹੈ ਕਿ ਅਸੀਂ ਇਸ ਨੂੰ ਕੋਈ ਜਿਤਨੇ ਵੀ ਇਸਦੇ ਪੱਖ ਹਨ ਉਹ ਤੁਹਾਡੇ ਸਾਹਮਣੇ ਲਿਆਉਂਦੇ ਜਾਣ। ਸੋ ਅੱਜ ਦੀ ਸਾਡੀ ਮਹਿਮਾਨ ਸ਼ਖਸੀਅਤ ਹਰਜੀਤ ਗਿੱਲ ਸਾਹਿਬ, TV ਪੰਜਾਬੀ ਦੁਨੀਆ ਕੈਨੇਡਾ ਦੇ ਅੰਦਰ ਇਹ ਚਲਾਉਂਦੇ ਹਨ, ਔਰ ਨਾ ਸਿਰਫ ਜਿਹੜੇ ਪੰਜਾਬੀ ਦੇ ਜਰਨਲਿਸਟ ਹਨ ਉਹਨਾਂ ਦੇ ਵਿੱਚ ਮਸ਼ਹੂਰ ਹਨ, ਬਲਕਿ ਪੰਜਾਬੀ ਦੇ ਜਿੱਥੇ ਜਿੱਥੇ ਕੋਈ ਪੰਜਾਬੀ ਐਕਟੀਵਿਜ਼ਮ ਦੇ ਨਾਲ ਜੁੜਿਆ ਹੈ ਉਹ ਇਹਨਾਂ ਦੀ ਸ਼ਖਸੀਅਤ ਨੂੰ ਜਾਣਦੇ ਹਨ। ਲਹਿੰਦੇ ਪੰਜਾਬ ਵੀ ਆ ਚੁੱਕੇ ਹਨ, ਔਰ ਇੱਥੋਂ ਦੇ ਮੁਖਤਲਿਫ ਇੰਟਲੈਕਚੁਅਲਸ ਨਾਲ ਉਹਨਾਂ ਦੀ ਮੀਟਿੰਗ ਹੋ ਚੁੱਕੀਆਂ ਹਨ। ਇਸ ਪੰਜਾਬ ਦੇ ਅੰਦਰ ਉਹਨਾਂ ਨੇ ਕੀ ਦੇਖਿਆ ਉਹ ਵੀ ਅਸੀਂ ਜਾਣਾਂਗੇ, ਔਰ ਸਭ ਤੋਂ ਪਹਿਲੇ ਅਸੀਂ ਉਹਨਾਂ ਤੋਂ ਇਹ ਚਾਹਵਾਂਗੇ ਕਿ ਥੋੜ੍ਹਾ ਇੰਟਰੋਡਕਸ਼ਨ ਕਿ ਉਹਨਾਂ ਦਾ ਇੰਡੀਆ ਤੋਂ, ਕੈਨੇਡਾ, ਅੱਜ ਕੱਲ੍ਹ ਟੋਰੰਟੋ ਰਹਿੰਦੇ ਹਨ, ਕਿਵੇਂ ਜਾਣਾ ਹੋਇਆ, ਕਿਹੜੇ ਸੰਨ ਦੇ ਵਿੱਚ ਜਾਣਾ ਹੋਇਆ। ਹਰਜੀਤ ਸਾਹਿਬ ਜੀ, ਆਇਆਂ ਨੂੰ ਸਰ ਜੀ, ਅਹਿਮਦ ਰਜ਼ਾ ਸਾਹਿਬ, ਪਹਿਲਾਂ ਤਾਂ ਤੁਹਾਡੇ ਚੈਨਲ ਦੇ ਸਾਰੇ ਹੀ ਦੋਸਤਾਂ ਦਾ ਜਿਹੜੇ ਸਾਡੇ ਨਾਲ ਜੁੜੇ ਨੇ ਜਾਂ ਜਿਹੜੇ ਸਾਨੂੰ ਦੇਖਣਗੇ ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਸਾਰਿਆਂ ਨੂੰ ਸਲਾਮਾਂ ਅਲੈਕੁਮ, ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਅਸੀਂ ਕਹਿੰਦੇ ਹਾਂ ਜੀ। ਰਜ਼ਾ ਸਾਹਿਬ, ਤੁਸੀਂ ਸ਼ੁਰੂਆਤੀ ਭੂਮਿਕਾ ਆਪਣੀ ਦੇ ਵਿੱਚ ਪੰਜਾਬ ਦੇ ਉਸ ਦਰਦ ਦਾ ਬਿਆਨ ਕਰ ਹੀ ਦਿੱਤਾ ਕਿ ਅਸੀਂ ਬੜਾ ਚਿਰ ਡਰੇ ਰਹੇ, ਪਰ ਹੁਣ 21ਵੀਂ ਸਦੀ 'ਚ ਪਹੁੰਚਦਿਆਂ ਅਸੀਂ ਆਪਣੇ ਅੰਦਰਾਂ ਨੂੰ ਪਰੋਲਣਾ ਸ਼ੁਰੂ ਕੀਤਾ ਕਿ ਅਸੀਂ ਕੀ ਸੱਚਮੁੱਚ ਹੀ ਇੰਨੀ ਡਰੂ ਕੌਮ ਹੈ ਕਿ ਹਾਲਾਤ ਸਾਨੂੰ ਡਰਾ ਕੇ ਚੁੱਪ ਕਰਾ ਸਕਦੇ ਨੇ। ਠੀਕ ਹੈ, ਅਸੀਂ ਇੱਕ ਬੜਾ ਮਾੜਾ ਦੌਰ ਹੰਡਾਇਆ ਤੇ ਉਹਦੇ ਤੇ ਹੀ ਗੱਲਬਾਤ ਅੱਜ ਅਸੀਂ ਕਰਨ ਜਾ ਰਹੇ ਹਾਂ। ਉਹਦੇ ਵੱਖ ਵੱਖ ਪਹਿਲੂ ਹੋ ਸਕਦੇ ਆ। ਅੱਜ ਵੀ ਜਿਹੜੇ ਵਿਦਵਾਨ ਲੋਕ ਨੇ ਜਦੋਂ ਪਾਰਟੀਸ਼ਨ ਦੀ ਗੱਲ ਕਰਦੇ ਨੇ ਤਾਂ ਉਹਦੇ ਵਿੱਚ ਕਈ ਚੀਜ਼ਾਂ ਉਹਨਾਂ ਦੇ ਆੜੇ ਆਉਂਦੀਆਂ ਨੇ। ਕਿਤੇ ਨਾ ਕਿਤੇ ਜਿਹੜਾ ਮਜ਼ਹਬ ਦਾ ਚਸ਼ਮਾ ਹੈ ਉਹ ਅਜੇ ਪੂਰੀ ਤਰ੍ਹਾਂ ਉਤਰਿਆ ਨਹੀਂ, ਭਾਵੇਂ ਅਸੀਂ ਜੋ ਮਰਜ਼ੀ ਕਹਿ ਰਹੇ ਹਾਂ ਕਿ ਅਸੀਂ ਬਹੁਤ ਪ੍ਰੋਗਰੈਸਿਵ ਜਿਹੜੀ ਆ ਇੱਕ ਮੂਵਮੈਂਟ ਦਾ ਹਿੱਸਾ ਹੈ, ਬਹੁਤ ਅੱਗੇ ਆ ਗਏ ਹਾਂ, ਪਰ ਕਿਤੇ ਨਾ ਕਿਤੇ ਜਿਹੜੀ ਜਕੜ ਹੈ ਸਾਡੇ ਤੇ, ਮਜ਼ਹਬ ਜਿਹੜੇ ਨੇ ਸਾਡੇ, ਧਾਰਮਿਕ ਅਕੀਦੇ ਨੇ, ਉਹ ਸਾਨੂੰ ਅੱਜ ਵੀ ਜਿਹੜੇ ਆ ਉਹ ਕਿਤੇ ਨਾ ਕਿਤੇ ਮਜਬੂਰ ਕਰਦੇ ਨੇ ਕਿ ਅਸੀਂ ਆਪੋ ਆਪਣੇ ਐਂਗਲ ਤੋਂ ਗੱਲ ਕਰੀਏ, ਨਾ ਕਿ ਸਮੁੱਚੀ ਪੰਜਾਬੀਅਤ ਦੀ ਗੱਲ ਜਿਹੜੀ ਆ ਉਹ ਕਰੀਏ। ਹੁੰਦੀ ਆ ਪਰ ਉਸ ਸ਼ਿੱਦਤ ਨਾਲ ਨਹੀਂ, ਫਿਰ ਵੀ ਮਜ਼ਹਬ ਸਾਡੇ ਆੜੇ ਕਿਤੇ ਨਾ ਕਿਤੇ ਆਉਂਦਾ ਹੈ, ਜਿਹਦੀ ਵਜ੍ਹਾ ਕਰਕੇ ਅਸੀਂ 1-2 ਹੋਏ ਸੀਗੇ ਜੀ। ਜਿੱਥੇ ਤੱਕ ਤੁਸੀਂ ਮੈਨੂੰ ਪੁੱਛਿਆ ਜੀ, ਮੇਰਾ ਜਿਹੜਾ ਜਨਮ ਹੈ ਉਹ 1957 ਦਾ, ਭਾਰਤ ਵਾਲੇ ਪਾਸੇ, ਪਾਕਿਸਤਾਨ ਬਿਲਕੁਲ ਤੁਹਾਡੇ ਗੁਆਂਢ, ਜ਼ਿਲ੍ਹਾ ਮੇਰਾ ਅੰਮ੍ਰਿਤਸਰ, ਪਿੰਡ ਮੇਰਾ ਜਗਦੇਵ ਕਲਾਂ ਜੀ, ਬੜਾ ਮਸ਼ਹੂਰ ਪਿੰਡ, ਹਾਸ਼ਮ ਸ਼ਾਹ
ਸੂਫੀ ਕਵੀ ਹੋਏ ਨੇ, ਉਹਨਾਂ ਦਾ ਪਿੰਡ ਹੈ ਜੱਦੀ ਪਿੰਡ, ਤੇ ਉਸ ਤੋਂ ਇਲਾਵਾ ਬਹੁਤ ਸਾਰੇ ਹੋਰ ਅਦੀਬ ਸਾਡੇ ਉਸ ਇਲਾਕੇ ਦੇ, ਔਰ ਖਾਸ ਕਰਕੇ ਸਾਡਾ ਪਿੰਡ ਜਿਹੜਾ ਜੀ ਇਹ ਹਮੇਸ਼ਾ ਪ੍ਰੋਗਰੈਸਿਵ ਮੂਵਮੈਂਟ ਨਾਲ ਜੁੜਿਆ ਰਿਹਾ, ਜਿੱਥੇ ਮੇਰਾ ਪਾਲਣ ਪੋਸ਼ਣ ਹੋਇਆ। ਮੇਰੇ ਮਾਪੇ ਸਾਰੇ ਜਿਹੜੇ ਉਹ ਫੌਜੀ ਸਨ, ਤੇ ਫੌਜੀ ਵੀ ਮਤਲਬ ਇੰਨੇ ਕਿ ਮੇਰੇ ਫਾਦਰ ਜਿਹੜੀ ਪੰਜ ਬ੍ਰਦਰ ਸੀਗੇ, ਔਰ ਉਹਨਾਂ ਦੇ ਚਾਚੇ ਤੇ ਮਾਸੀ ਦੇ ਦੋ ਸਾਡੀਆਂ ਦਾਦੀਆਂ ਭੈਣਾਂ ਸੀ, ਤੇ ਦਾਦੇ ਜਿਹੜੇ ਸੀ ਉਹ ਭਰਾ ਸੀ ਆਪਸ ਚ, 10 ਤੇ 10 ਫੌਜ ਦੇ ਵਿੱਚ ਸਨ। ਤੇ ਲੈਲਪੁਰ ਉਹਨਾਂ ਨੂੰ ਮੁਰੱਬੇ ਵੀ ਮਿਲੇ ਸੀ ਪਾਰਟੀਸ਼ਨ ਵੇਲੇ, ਚਲੋ ਜਿਸ ਤਰ੍ਹਾਂ ਹੋਇਆ ਸਾਰਿਆਂ ਨਾਲ, ਉਹ ਸਾਡੇ ਪਰਿਵਾਰ ਨਾਲ ਵੀ ਹੋਇਆ ਹੋਏਗਾ। ਵਾਪਸ ਆਪਣੇ ਜੱਦੀ ਪਿੰਡ ਅਸੀਂ ਪਰਤ ਆਏ ਜੀ। ਉਸ ਪਿੰਡ ਚ ਮੇਰਾ ਪਾਲਣ ਪੋਸ਼ਣ ਹੋਇਆ, ਲੈਫਟ ਦਾ ਬੜਾ ਪ੍ਰਭਾਵ ਸੀ ਉਸ ਇਲਾਕੇ ਦੇ ਵਿੱਚ, ਕੁਝ ਮੂਵਮੈਂਟ ਚੱਲਦੀਆਂ ਰਹੀਆਂ ਆਜ਼ਾਦੀ ਤੋਂ ਪਹਿਲਾਂ ਵੀ, ਜਿਹੜੀਆਂ ਮੂਵਮੈਂਟ ਚੱਲੀਆਂ ਉਹਦੇ ਵਿੱਚ ਕਾਫੀ ਰੋਲ ਸੀਗਾ ਸਾਡੇ ਇਲਾਕੇ ਦਾ, ਤੇ ਉਹਨਾਂ ਚੀਜ਼ਾਂ ਦਾ ਪ੍ਰਭਾਵ ਸਾਡੇ ਤੇ ਵੀ ਪਿਆ ਹੋਏਗਾ, ਕੁਦਰਤੀ ਜ਼ਿਆਦਾ ਨਹੀਂ ਤੇ ਥੋੜਾ ਬਹੁਤ ਜ਼ਰੂਰ ਪਿਆ ਹੋਏਗਾ। ਸੋ ਉਹਨਾਂ ਹਾਲਾਤਾਂ ਦੇ ਵਿੱਚ ਅਸੀਂ ਉਹ ਪਿੰਡਾਂ ਚੋਂ ਨਿਕਲ ਕੇ ਬਾਹਰ ਆਏ, ਫਿਰ ਮੈਂ ਆਪਣੇ ਪੜ੍ਹਾਈ ਸਟੈਪ ਬਾਈ ਸਟੈਪ ਬਹੁਤ ਥੱਲਿਓਂ ਸ਼ੁਰੂ ਕਰਕੇ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਸਿਵਲ ਇੰਜੀਨੀਅਰਿੰਗ, ਤੇ ਐਜ ਏ STO ਮੈਂ ਭੂਮਿਕਾ ਨਿਭਾਈ ਆਪਣੇ ਪੁਲਿਸ ਡਿਪਾਰਟਮੈਂਟ ਦੇ ਵਿੱਚ। 2005 ਦੇ ਵਿੱਚ ਮੈਂ ਸ਼ਿਫਟ ਹੋਇਆ ਜੀ ਕੈਨੇਡਾ। ਹਾਲਾਤ ਇਸ ਤਰ੍ਹਾਂ ਦੇ ਆ ਕਿ ਅਗਲੀਆਂ ਪੀੜ੍ਹੀਆਂ ਵਾਸਤੇ ਅਸੀਂ ਸੋਚਣ ਲਈ ਮਜਬੂਰ ਸਾਰੇ ਹਾਂ ਕਿ ਅਸੀਂ ਤਾਂ ਆਪਣੀ ਜ਼ਿੰਦਗੀ ਅੱਧੀ ਪਛੱਧੀ ਲੰਘਾ ਲਈ ਆ, ਆਉਣ ਵਾਲੇ ਸਮੇਂ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਚਿੰਤਾ ਤੁਰ ਅਸੀਂ ਹੋ ਜਾਂਦੇ ਹਾਂ, ਜਦੋਂ ਅਸੀਂ ਬਾਕੀ ਦੁਨੀਆਂ ਨਾਲ ਆਪਣੇ ਇਲਾਕਿਆਂ ਨੂੰ ਆਪਣੇ ਦੇਸ਼ਾਂ ਨੂੰ ਮੇਲ ਕੇ ਵੇਖਦੇ ਹਾਂ। ਤੇ ਬਹੁਤ ਸਾਰੇ ਲੋਕ ਇਹ ਡਿਸੀਜਨ ਲੈ ਲੈਂਦੇ ਨੇ ਕਿ ਹੁਣ ਸਾਨੂੰ ਸਮਾਂ ਆ ਗਿਆ ਕਿ ਇੱਥੇ ਥੋੜਾ ਬਾਹਰ ਦੀ ਉਡਾਰੀ ਵੀ ਮਾਰੀ ਜਾਵੇ। ਸੋ 2005 ਦੇ ਵਿੱਚ ਮੈਂ ਪ੍ਰੀ ਮਚਿਓਰ ਰਿਟਾਇਰਮੈਂਟ ਲੈ ਕੇ ਤੇ ਕੈਨੇਡਾ ਆ ਕੇ ਸੈਟਲ ਹੋਇਆ ਸੀਗਾ ਜੀ। ਜਿੱਥੋਂ ਤੱਕ ਜੇ ਥੋੜੀ ਜਿਹੀ ਹੋਰ ਗੱਲ ਕਰਨਾ, ਜਿਵੇਂ ਮੈਂ ਹਾਸ਼ਮ ਸ਼ਾਹ ਦਾ ਜ਼ਿਕਰ ਕੀਤਾ, 1990 ਚ ਅਸੀਂ ਆਪਣੇ ਪਿੰਡ ਦੇ ਵਿੱਚ ਇੱਕ ਟਰੱਸਟ ਬਣਾਇਆ। ਉਸ ਤੋਂ ਪਹਿਲਾਂ ਵੀ ਹਾਸ਼ਮ ਸ਼ਾਹ ਨੂੰ ਯਾਦ ਕਰਦੇ ਸੀ ਲੋਕ, ਤੇ ਉਸ ਟਰੱਸਟ ਨੇ ਸਾਨੂੰ ਬਹੁਤ ਕੁਝ ਦਿੱਤਾ। ਉਹਦੇ ਪ੍ਰੋਡਕਟ ਵਜੋਂ ਇਸ ਵੇਲੇ ਜਿਹੜੇ ਸਾਡੇ ਕੁਲਦੀਪ ਧਾਲੀਵਾਲ ਸਾਡੇ ਪੰਚਾਇਤ ਤੇ ਐਗਰੀਕਲਚਰ ਮਿਨਿਸਟਰ ਨੇ, ਉਹ ਮੇਰੇ ਦੋਸਤ, ਮੇਰਾ ਭਰਾ ਜੀ ਬਿਲਕੁਲ, ਤੇ ਅਸੀਂ ਇਕੱਠੇ ਉਹ ਟਰੱਸਟ ਚਲਾਉਂਦੇ ਸੀ। ਤੇ ਸਾਡਾ ਉਹ ਸਫ਼ਰ ਆਪੋ ਆਪਣੇ ਦਿਸ਼ਾ 'ਚ, ਉਹ ਪੋਲੀਟਿਕਸ ਵਾਲੇ ਪਾਸੇ ਜਾਣਾ ਚਾਹੁੰਦੇ ਸੀ, ਮੈਂ ਥੋੜ੍ਹਾ ਲਿਟਰੇਚਰ ਵਾਲੇ ਪਾਸੇ ਰਹਿਣਾ ਚਾਹੁੰਦਾ ਸੀ। ਸੋ ਅਸੀਂ ਸਾਰੇ ਉਸ ਟਰੱਸਟ ਦੀ ਵੀ ਬਹੁਤ ਸਾਰੀ ਸਾਡੇ 'ਤੇ ਜਿਹੜਾ ਅਸਰ ਰਿਹਾ, ਉਹਦਾ ਕਰਕੇ ਸਾਡਾ ਮਿਲਾਪ ਰਿਹਾ, ਬਹੁਤ ਸਾਰੇ ਬੁੱਧੀਜੀਵੀਆਂ ਨੂੰ ਮਿਲਦੇ ਰਹੇ, ਔਰ ਉਹਨਾਂ ਕੋਲ ਬਹੁਤ ਕੁਛ ਸਿੱਖਣ ਦਾ ਤੁਹਾਡੇ ਵਰਗੇ ਲੋਕਾਂ ਕੋਲ ਮੌਕਾ ਮਿਲਿਆ। ਸ਼ੁਕਰੀਆ ਹਰਜੀਤ ਸਾਹਿਬ। ਹਰਜੀਤ ਸਾਹਿਬ, ਅਸੀਂ ਪਾਰਟੀਸ਼ਨ 'ਤੇ ਗੱਲਬਾਤ ਕਰਾਂਗੇ ਜੀ ਤੁਹਾਡੇ ਨਾਲ। ਪਾਰਟੀਸ਼ਨ ਦੇ ਬਾਰੇ ਬਹੁਤ ਡਿਸਕਸ ਹੁੰਦਾ ਹੈ ਅੱਜ ਕੱਲ੍ਹ, ਯੂਟਿਊਬ ਤੇ ਫੇਸਬੁੱਕ ਤੇ ਬਹੁਤ ਜ਼ਿਆਦਾ ਪਾਰਟੀਸ਼ਨ ਤੋਂ ਰਿਲੇਟਡ ਸਟੋਰੀਜ਼ ਉਹ ਸਾਨੂੰ ਮਿਲਦੀਆਂ ਹਨ। ਕੁਛ ਸਟੇਟ ਦਾ ਨੈਰੇਟਿਵ ਸੀ ਔਰ ਕੁਛ ਇਹਨਾਂ ਬਜ਼ੁਰਗਾਂ ਦਾ ਹੈ, ਬਾਬਿਆਂ ਦਾ ਹੈ, ਜਿਨ੍ਹਾਂ ਦੇ ਜੁੱਸਿਆਂ 'ਤੇ, ਜਿਨ੍ਹਾਂ ਦੇ ਦਿਮਾਗਾਂ 'ਤੇ, ਜਿਨ੍ਹਾਂ ਦੇ ਰੂਹਾਂ ਨੇ ਇਸ ਵੰਡ ਨੂੰ ਸਹਿਆ ਹੈ। ਉਹ ਚਾਹੇ ਇੱਧਰ ਦਾ ਉੱਧਰ ਗਿਆ ਜਾਂ ਉੱਧਰੋਂ ਇੱਧਰ ਆ ਗਿਆ। ਪੰਜਾਬੀ ਕੌਮ ਬਰਬਾਦ ਹੋਈ, ਵੰਡ ਪਈ ਔਰ ਇਹਦੇ ਵਿੱਚ ਲੱਖਾਂ ਲੋਕ ਕਤਲ ਹੋਏ, ਜਿਨ੍ਹਾਂ ਦਾ ਅੱਜ ਤੱਕ ਕੋਈ ਜ਼ਿੰਮੇਵਾਰ ਨਹੀਂ ਬਣੀ। ਤੁਸੀਂ ਪਾਰਟੀਸ਼ਨ ਦੇ ਬਾਰੇ ਅੱਜ ਤੱਕ ਕੀ ਸੁਣਿਆ ਹੈ ਔਰ ਪਾਰਟੀਸ਼ਨ ਦੇ ਬਾਰੇ ਕੋਈ ਆਈ ਵਿਟਨੈਸ ਜਿਹੜੇ ਸੀ ਉਹਨਾਂ ਰਾਹੀਂ ਇਸ ਨੂੰ ਜਾਣਿਆ, ਔਰ ਜਾਣਿਆ ਤੇ ਕੀ ਜਾਣਿਆ ਕਿ ਪਾਰਟੀਸ਼ਨ ਦਾ ਅਜ਼ਾਬ ਜਿਹੜਾ ਪੰਜਾਬ 'ਤੇ ਪਿਆ ਹੈ, ਇਹਦੇ ਪਿੱਛੇ ਕਿਹੜੀਆਂ ਕਿਹੜੀਆਂ ਉਹ ਸੋਚਾਂ ਸਨ ਜਿਨ੍ਹਾਂ ਨੇ ਪੰਜਾਬ ਨੂੰ ਵੰਡਿਆ ਔਰ ਪੰਜਾਬੀਆਂ ਦੀ ਬਰਬਾਦੀ ਦਾ ਮੁੱਢ ਰੱਖਿਆ? ਬਿਲਕੁਲ ਰਾਜਾ ਸਾਹਿਬ, ਪਾਰਟੀਸ਼ਨ ਦੇ ਉੱਤੇ ਮਣਾ ਹੋਈ ਲਿਟਰੇਚਰ ਹੁਣ ਤੱਕ ਸਾਡੇ ਸਾਹਮਣੇ ਆ ਚੁੱਕਾ, ਬਹੁਤ ਸਾਰੇ ਐਂਗਲ ਨੇ ਇਹਦੇ, ਬਹੁਤ ਸਾਰੇ ਲੋਕ ਆਪੋ ਆਪਣੇ ਨਜ਼ਰੀਏ ਨਾਲ ਇਹਨੂੰ ਪੇਸ਼ ਕਰਦੇ ਨੇ। ਪਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਾਡੇ ਵੱਡਿਆਂ ਨੇ ਜਿਹੜਾ ਇਹਦਾ ਦਰਦ ਸਹਿ, ਉਹ ਦਰਦ ਪੀੜ੍ਹੀ ਦਰ ਪੀੜ੍ਹੀ ਸਾਡੇ ਤੱਕ ਪਹੁੰਚਿਆ, ਕੁਝ ਉਹਨਾਂ ਦੀ ਜ਼ਬਾਨੀ ਅਤੇ ਕੁਝ ਇੱਕ ਜਦੋਂ ਜਦੋਂ ਅਸੀਂ ਵੱਡੇ ਹੁੰਦੇ ਗਏ ਅਤੇ ਕੋਈ ਲਿਟਰੇਚਰ ਦੇ ਨਾਲ ਜੁੜਦੇ ਰਹੇ ਅਤੇ ਅਸੀਂ ਉਹਦੇ ਬਾਰੇ ਜਾਣਿਆ।
ਦਰਅਸਲ ਅੱਜ ਵੀ ਮੈਂ ਜਿਵੇਂ ਸ਼ੁਰੂਆਤੀ ਜਿਹੜੀ ਗੱਲ ਹੈ ਉਸ 'ਚ ਜ਼ਿਕਰ ਕੀਤਾ ਸੀ ਕਿ ਅਸੀਂ ਪਾਰਟੀਸ਼ਨ ਨੂੰ ਵੀ ਅੱਜ ਤੱਕ ਵੀ ਆਪੋ ਆਪਣੇ ਨਜ਼ਰੀਏ ਨਾਲ ਦੇਖਦੇ ਹਾਂ ਤੇ ਪਾਰਟੀਸ਼ਨ ਦੇ ਪਿੱਛੇ ਕਾਰਨਾਂ ਦੇ ਉੱਤੇ ਵੱਡਾ ਜਿਹੜਾ ਸਭ ਤੋਂ ਪਹਿਲਾਂ ਅਸੀਂ ਇਲਜ਼ਾਮ ਧਰਦੇ ਹਾਂ ਉਹ ਅਸੀਂ ਬ੍ਰਿਟਿਸ਼ ਹਕੂਮਤ ਨੂੰ ਕਹਿ ਦਿੰਦੇ ਹਾਂ। ਵੈਸੇ ਸਾਡੇ ਸਮਾਜਾਂ 'ਚ ਇਹ ਇੱਕ ਬੜੀ ਵੱਡੀ ਵੀਕਨੈਸ ਹੈ ਕਿ ਅਸੀਂ ਆਪਣੀ ਰਿਸਪੋਂਸੀਬਿਲਟੀ ਨੂੰ ਸ਼ਿਫਟ ਕਰਨ ਲਈ ਬੜੇ ਸੌਖੇ ਰਾਹ ਲੱਭ ਲੈਂਦੇ ਹਾਂ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਜਿਹੜੀ ਬ੍ਰਿਟਿਸ਼ ਹਕੂਮਤ ਸੀ ਉਹਦੇ ਬਹੁਤ ਸਾਰੇ ਇੰਟਰਸਟ ਹੋਣਗੇ ਆਪਣੇ ਰਾਜ ਨੂੰ ਲੰਬਿਆ ਕਰਨ ਦੇ, ਔਰ ਜਦੋਂ ਫਿਰ ਦੂਜੀ ਸੰਸਾਰ ਜੰਗ ਲੱਗਦੀ ਹੈ ਤੇ ਬ੍ਰਿਟਿਸ਼ ਹਕੂਮਤ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਹੁਣ ਜਿਹੜਾ ਇਹ ਕਲੋਨੀ ਵਾਲਾ ਸਿਸਟਮ ਹੈ ਜ਼ਿਆਦਾ ਚਿਰ ਚੱਲਣਾ ਨਹੀਂ, ਤੇ ਉਹ ਮਨ ਬਣਾ ਲੈਂਦੇ ਨੇ ਕਿ ਅਸੀਂ ਭਾਰਤ ਨੂੰ ਆਜ਼ਾਦ ਕਰਨਾ। ਉਹਦੇ ਤੋਂ ਪਿੱਛੋਂ ਜੋ ਕੁਝ ਇਹ ਭਾਣਾ ਵਾਪਰਿਆ ਪਾਰਟੀਸ਼ਨ ਵਾਲੇ ਪਾਸੇ ਨੂੰ ਅਸੀਂ ਲੋਕ ਗਏ, ਉਹਦੇ ਪਿੱਛੇ ਸਾਡੀਆਂ ਆਪਣੀਆਂ ਵੀ ਬਹੁਤ ਸਾਰੀਆਂ ਗਲਤੀਆਂ ਨੇ ਸਾਡੀ ਲੀਡਰਸ਼ਿਪ ਦੀਆਂ। ਮੈਂ ਕਹਿ ਸਕਦਾ ਕਿ ਜਿਹੜਾ ਆਮ ਸਧਾਰਨ ਸਾਡੇ ਵਰਗੇ ਲੋਕ ਹੁੰਦੇ ਆ ਉਹਨਾਂ ਦਾ ਬਹੁਤ ਜ਼ਿਆਦਾ ਰੋਲ ਤੇ ਨਹੀਂ ਹੁੰਦਾ, ਉਹਨਾਂ ਦੀ ਭਾਵਨਾਵਾਂ ਨੂੰ ਕੋਈ ਸਮਝਦਾ ਵੀ ਨਹੀਂ, ਪਰ ਜਿਹੜੀ ਉਸ ਸਮੇਂ ਦੀ ਲੀਡਰਸ਼ਿਪ ਹੁੰਦੀ ਆ ਉਹਦੇ ਆਪਣੇ ਨਜ਼ਰੀਏ ਤੋਂ ਆਪਣੇ ਇੰਟਰਸਟ ਤੋਂ ਉਹ ਆਪੋ ਆਪਣੇ ਢੰਗ ਨਾਲ ਚੀਜ਼ਾਂ ਨੂੰ ਪੁੱਟ ਕਰਦੀ ਆ ਤੇ ਹੌਲੀ ਹੌਲੀ ਆਵਾਮ ਦੇ ਉੱਤੇ ਉਹਨਾਂ ਚੀਜ਼ਾਂ ਦਾ ਅਸਰ ਜਿਹੜਾ ਉਹ ਹੋ ਜਾਂਦਾ। ਸੋ ਪਾਰਟੀਸ਼ਨ ਦਾ ਵੀ ਮਾਹੌਲ ਇੱਦਾਂ ਦਾ ਉਦੋਂ ਸਿਰਜਿਆ ਗਿਆ, ਉਹਦੇ ਵਿੱਚ ਅਸੀਂ ਮਤਲਬ ਸਾਡੀ ਕੌਮ ਜਿਹੜੀ ਆ ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਥੋੜ੍ਹੀ ਬਹੁਤੀ ਆਪਾਂ ਉਹ ਤੋਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਉਹ ਵੀ ਉਸ ਜੰਜਾਲ 'ਚ ਫਸ ਗਈ ਜਿਹਦੇ 'ਚ ਸਾਨੂੰ ਨਹੀਂ ਸੀ ਫਸਣਾ ਚਾਹੀਦਾ। ਕਤਲੋਗਾਰਤ ਹੋਈ, ਲੱਖਾਂ ਲੋਕ ਮਾਰੇ ਗਏ, ਆਜ਼ਾਦੀ ਦਾ ਨਿੱਘ ਪਤਾ ਨਹੀਂ ਭਾਰਤ ਨੇ ਉਹ ਕਿੱਥੇ ਮਾਣਿਆ ਹੋਊਗਾ, ਪਾਕਿਸਤਾਨ ਨੇ ਕਿੱਥੇ ਮਾਣਿਆ ਹੋਊਗਾ, ਪਰ ਜਿਹੜੇ ਪੰਜਾਬੀ ਆ ਉਹਨਾਂ ਨੂੰ ਇਹ ਜਿਹੜਾ ਸਮਾਂ ਆ ਅਗਸਤ ਦਾ ਮਹੀਨਾ ਜਿਵੇਂ ਤੁਸੀਂ ਜ਼ਿਕਰ ਕੀਤਾ 14-15 ਅਗਸਤ, ਉਹ ਇੱਕ ਨਸੂਰ ਵਾਂਗੂ ਸਾਨੂੰ ਨਜ਼ਰ ਆਉਣ ਲੱਗਾ ਹੁਣ ਆ ਕੇ, ਤੇ ਅਸੀਂ ਉਹਦਾ ਦਰਦ ਜਿਹੜਾ ਹੁਣ ਮਹਿਸੂਸ ਕਰਦੇ ਹਾਂ। ਦੋਵੇਂ ਪਾਸੇ ਜਦੋਂ ਕੌਮੀਅਤ ਦੇ ਸਿਧਾਂਤ ਦੀ ਗੱਲ ਹੁੰਦੀ ਆ, ਅੱਜ ਵੀ ਜਿਹੜੀ ਦੋ ਕੌਮਾਂ ਦੀ ਥਿਊਰੀ ਦੀ ਗੱਲ ਚੱਲੀ ਸੀ ਉਸ ਸਮੇਂ 'ਚ, ਉਹਦੇ ਉੱਤੇ ਲੋਕਾਂ ਨੂੰ ਬਹੁਤ ਸਾਰਿਆਂ ਨੂੰ ਅਲੱਗ ਅਲੱਗ ਤਰ੍ਹਾਂ ਦੀ ਰਾਏ ਆ ਕਿ ਵਾਕਈ ਕੌਮਾਂ ਜਿਹੜੀਆਂ ਮਜ਼ਹਬ ਅਧਾਰਤ ਹੁੰਦੀਆਂ ਜਾਂ ਕੌਮਾਂ ਕਿਸੇ ਲੈਂਗੁਏਜ, ਖਿੱਤੇ ਜਾਂ ਕਿਸੇ ਹੋਰ ਚੀਜ਼ ਦੇ ਅਧਾਰਤ ਹੁੰਦੀਆਂ, ਇਹ ਬੜੀ ਵੱਡੀ ਡਿਬੇਟ ਹੈ ਜਿੱਥੇ ਅਜੇ ਤੱਕ ਚਰਚਾ ਚੱਲਦੀ ਰਹਿੰਦੀ ਹੈ ਜੀ। ਸੋ ਸਭ ਦਾ ਆਪੋ ਆਪਣਾ ਨਜ਼ਰੀਆ ਮੇਰੇ ਖਿਆਲ ਇਹਨਾਂ ਚੀਜ਼ਾਂ ਨੂੰ ਸਮਝਣ ਦਾ। ਬਿਲਕੁਲ ਸਹੀ ਕਹਿੰਦੇ ਹੋ, ਮੇਰੇ ਸਵਾਲ ਦੇ ਅੰਦਰ ਇੱਕ ਸਬ ਕੁਐਸਚਨ ਇਹ ਵੀ ਸੀ ਕਿ ਪਾਰਟੀਸ਼ਨ ਨੂੰ ਤੁਸੀਂ ਕਿਵੇਂ ਜਾਣਿਆ, ਕਿਆ ਕਿਸੇ ਬਜ਼ੁਰਗ ਰਾਹੀਂ ਜਾਣਿਆ ਜਾਂ ਕਿ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਕਿ ਲਿਟਰੇਰੀ ਤੌਰ 'ਤੇ ਤੁਸੀਂ ਨੇ ਜਾਣਿਆ। ਇੱਕ ਹੈ ਕਿ ਲਿਟਰੇਚਰ ਰਾਹੀਂ ਸਾਡੇ ਜਿਹੜੀਆਂ ਚੀਜ਼ਾਂ ਆਉਂਦੀਆਂ ਹਨ ਉਹਦੇ ਅੰਦਰ ਥੋੜ੍ਹਾ ਬਹੁਤ ਫਿਕਸ਼ਨ ਸ਼ਾਮਿਲ ਹੋ ਜਾਂਦਾ ਹੈ। ਇੱਕ ਉਹ ਹੁੰਦਾ ਕਿ ਜਿਨ੍ਹਾਂ ਨੇ ਆਪਣੇ ਜੁੱਸਿਆਂ 'ਤੇ ਕੋਈ ਚੀਜ਼ ਭੋਗੀ ਹੁੰਦੀ ਹੈ ਉਹ ਬੰਦਾ ਕੋਈ ਤੁਹਾਨੂੰ ਦੱਸਦਾ ਹੈ, ਉਹ ਬੰਦਾ ਕਿਵੇਂ ਦੱਸਦਾ ਹੈ ਅਤੇ ਜਿਹੜਾ ਸਟੇਟ ਦਾ ਨੈਰੇਟਿਵ ਹੈ ਜਾਂ ਕਿ ਲਿਟਰੇਰੀ ਪੁਆਇੰਟ ਆਫ ਵਿਊ ਸਾਡੇ ਸਾਹਮਣੇ ਆਉਂਦਾ, ਕਿਆ ਇਹ ਸੇਮ ਹਨ ਜਾਂ ਇਹਨਾਂ ਦੇ ਵਿੱਚ ਤੁਹਾਨੂੰ ਕਿਤੇ ਕੁ ਥੋੜ੍ਹਾ ਜਿਹਾ ਡਿਫਰੈਂਸ ਵੇਖਣ ਨੂੰ ਮਿਲਿਆ? ਡਿਫਰੈਂਸ ਦੇਖੋ ਜੀ, ਡਿਫਰੈਂਸ ਤਾਂ ਹਮੇਸ਼ਾ ਰਿਹਾ, ਜਿਹੜਾ ਕੋਈ ਇੰਟਲੈਕਚੁਅਲ ਹੈ ਜਿਹੜਾ ਕੋਈ ਰਾਈਟਰ ਹੈ ਜਦੋਂ ਉਹ ਲਿਖਦਾ ਹੈ ਤਾਂ ਉਹ ਥੋੜ੍ਹੇ ਜਿਹੇ ਤੱਥ ਇਕੱਠੇ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ। ਅਤੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਨਜ਼ਰੀਆ, ਜੇ ਅੱਜ ਵੀ ਕੋਈ ਇਤਿਹਾਸਕਾਰ ਇਹਦੇ 'ਤੇ ਕੰਮ ਕਰਦਾ ਹੈ ਤਾਂ ਉਹਨੇ ਆਪਣੇ, ਮੇਰੇ ਕੋਲ ਇੱਕ ਬੁੱਕ ਸੀ ਜੀ ਮੈਂ ਦੇਖ ਰਿਹਾ ਸੀਗਾ, ਇਤਿਹਾਸਕਾਰ ਨੇ ਕਿਰਪਾਲ ਸਿੰਘ ਇਹਨਾਂ ਦੀ, ਉਹਨਾਂ ਦੀ ਬੜੀ ਅੱਛੀ ਕਿਤਾਬ ਸੀ ਪੰਜਾਬ ਦਾ ਬਟਵਾਰਾ ਅਤੇ ਸਿੱਖ, ਉਹਨਾਂ ਨੇ ਸਿੱਖ ਨਜ਼ਰੀਏ ਤੋਂ ਲਿਖਿਆ ਹੋਏਗਾ ਬਹੁਤ ਸਾਰੀਆਂ ਚੀਜ਼ਾਂ ਕਿ ਇਹਦੇ ਵਿੱਚ ਬਹੁਤ ਸਾਰੇ ਲੋਕ ਇਹ ਮਹਿਸੂਸ ਕਰਦੇ ਨੇ ਕਿ ਜਿਹੜੀ ਪਾਕਿਸਤਾਨੀ ਕੌਮ ਸੀਗੀ, ਪਾਕਿਸਤਾਨ ਦੇ ਵਿੱਚ ਮੁਸਲਿਮ ਅਵਾਮ ਸੀਗਾ ਜਿਹੜਾ ਇਹ ਚਾਹੁੰਦਾ ਸੀ ਕਿ ਅਸੀਂ ਅਲੱਗ ਦੋ ਕੌਮਾਂ ਦੇ ਸਿਧਾਂਤ ਚਨਾਹਰਾ ਜਿਹੜਾ ਦਿੱਤਾ ਉਹਦੇ ਅਨੁਸਾਰ ਕੰਮ ਕਰਕੇ ਅਸੀਂ ਸੁਤੰਤਰ ਹੋ ਜਾਈਏ, ਅਸੀਂ ਹਿੰਦੂ ਗਲਬੇ ਥੱਲੇ ਨਹੀਂ ਰਹਿਣਾ ਚਾਹੁੰਦੇ। ਹਿੰਦੂ ਜਿਹੜੇ ਸੀਗੇ ਉਹਨਾਂ ਦਾ ਆਪਣਾ ਨਜ਼ਰੀਆ ਹੋ ਸਕਦਾ, ਪਰ ਜਿਹੜੀ ਬਹੁਤ ਘੱਟ ਗਿਣਤੀ ਸੀ ਉਸ ਸਮੇਂ ਸਿੱਖ ਅਵਾਮ ਜਿਹੜਾ ਉਹ ਸਾਰੇ ਸਾਂਝੇ ਪੰਜਾਬ ਦੇ ਵਿੱਚ ਸੀਗਾ,
ਉਹਦੀ ਸਾਰੀ ਵਸੋਂ ਕੁੱਲ ਮਿਲਾ ਕੇ ਉਦੋਂ 13% ਬਣਦੀ ਸੀਗੀ ਤੇ ਉਹਨਾਂ ਦੀ ਕੋਈ ਬਹੁਤੀ ਜ਼ਿਆਦਾ ਸੁਣਵਾਈ ਜਿਹੜੀ ਆ ਜਿੱਦਾਂ ਕਿਰਪਾਲ ਸਿੰਘ ਜੀ ਵੀ ਕਹਿੰਦੇ ਆ ਉਹ ਨਹੀਂ ਹੋ ਸਕੀ ਕਿਉਂਕਿ ਅੰਗਰੇਜ਼ ਹਕੂਮਤ ਚਾਹੁੰਦਿਆਂ ਹੋਇਆਂ ਵੀ ਉਹਨਾਂ ਦਾ ਜਿਹੜੇ ਫਾਰਮੂਲੇ ਆਏ ਉਹਨਾਂ ਦੇ ਵਿੱਚ ਕੋਈ ਟਿਕਾਣਾ ਬੈਠਦਾ ਨਹੀਂ ਸੀ ਕਿ ਉਹਨਾਂ ਨੂੰ ਵੀ ਕੋਈ ਵੱਖਰਾ ਇਸ ਤਰ੍ਹਾਂ ਦਾ ਕੋਈ ਬਫਰ ਸਟੇਟ ਦਿੱਤੀ ਜਾਵੇ ਇਹਨਾਂ ਦੋ ਦੇ ਵਿਚਕਾਰ ਕਿਉਂਕਿ ਗਿਣਤੀ ਦੇ ਪੱਖ ਤੋਂ ਬਹੁਤ ਥੋੜੇ ਸੀਗੇ ਉਹ ਵੀ ਸਕੈਟਰਡ ਸੀਗੇ ਕਈ ਤਰ੍ਹਾਂ ਦੇ ਫਾਰਮੂਲੇ ਡਿਸਕਸ ਹੋਏ ਜਿਹੜੇ ਹਿੰਦੂ ਐਂਗਲ ਤੋਂ ਇੱਕ ਵਾਰੀ ਇਹ ਫੈਸਲਾ ਵੀ ਹੋਇਆ ਕਿ ਅੰਬਾਲਾ ਡਿਵੀਜ਼ਨ ਜਿਹੜੀ ਜੇ ਆਪਾਂ ਮੋਟੇ ਤੌਰ ਤੇ ਵੇਖੀਏ ਤੇ ਉਦੋਂ 5 ਡਿਵੀਜ਼ਨ ਸੀਗੀਆਂ ਜੀ ਆਪਣੇ ਸਾਂਝੇ ਪੰਜਾਬ ਦੀਆਂ ਜਿਹਦੇ ਵਿੱਚ ਅੰਬਾਲਾ ਡਿਵੀਜ਼ਨ ਸੀਗੀ ਜਲੰਧਰ ਡਿਵੀਜ਼ਨ ਲਾਹੌਰ ਡਿਵੀਜ਼ਨ ਰਾਵਲਪਿੰਡੀ ਡਿਵੀਜ਼ਨ ਤੇ ਮੁਲਤਾਨ ਡਿਵੀਜ਼ਨ ਸੀਗੀ ਤੇ ਕੁੱਲ 29 ਡਿਸਟ੍ਰਿਕਟ ਸੀਗੇ ਕੁਝ ਇੱਕ ਲੋਕਾਂ ਦਾ ਮਹਾਤਮਾ ਗਾਂਧੀ ਦੀ ਸੋਚ ਨਾਲ ਜਿਹੜੇ ਲੋਕ ਜੁੜੇ ਹੋਏ ਸੀ ਉਹਨਾਂ ਦਾ ਸ਼ਾਇਦ ਮੰਨਣਾ ਸੀ ਕਿ ਜੇ ਅਸੀਂ ਅੰਬਾਲਾ ਡਿਵੀਜ਼ਨ ਨੂੰ ਵੱਖਰਾ ਕਰ ਦਿੰਦੇ ਹਾਂ ਪੰਜਾਬ ਤੋਂ ਥੋੜ੍ਹੇ ਜਿਹੜੇ ਉਹਦੇ ਪੱਛਮੀ ਹਿੱਸੇ ਨੇ ਅੰਬਾਲੇ ਦੇ ਨਾਲ ਪੰਜਾਬੀ ਬੋਲਦੇ ਇਲਾਕੇ ਉਹ ਤੇ ਸ਼ਿਮਲਾ ਨੂੰ ਨਾਲ ਜੋੜ ਛੱਡ ਕੇ ਬਾਕੀ ਇਲਾਕਾ ਜੇ ਵੱਖਰਾ ਕਰ ਦਿੰਦੇ ਹਾਂ ਕਿਉਂਕਿ ਕਦੇ ਵੀ ਪੰਜਾਬ ਦਾ ਹਿੱਸਾ ਨਹੀਂ ਸੀ ਤੇ ਬ੍ਰਿਟਿਸ਼ ਹਕੂਮਤ ਨੇ ਇਹ ਹਿੰਦੂ ਜਾਂ ਹਿੰਦੀ ਬੋਲਣ ਵਾਲੇ ਲੋਕਾਂ ਦਾ ਇਲਾਕਾ ਪੰਜਾਬ ਨਾਲ ਜੋੜਿਆ ਸੀਗਾ ਅੱਛਾ ਜੇ ਇਸ ਤਰ੍ਹਾਂ ਹੋ ਜਾਂਦਾ ਤੇ ਉਹਦੇ ਨਾਲ ਹੋਰ ਵੀ ਜ਼ਿਆਦਾ ਗੁਲਝਣਾਂ ਜਿਹੜੀਆਂ ਪੈਦਾ ਹੋਣੀਆਂ ਸੀ ਤੇ ਉਹ ਕਿਉਂਕਿ ਚਾਹੁੰਦੇ ਸੀਗੇ ਕਿ ਇਸ ਤਰ੍ਹਾਂ ਕਰਨ ਨਾਲ ਸ਼ਾਇਦ ਥੋੜ੍ਹਾ ਜਿਹਾ ਜਿਹੜਾ ਇਲਾਕੇ 'ਚ ਮੁਸਲਿਮ ਪ੍ਰਭਾਵ ਆ ਉਹ ਘੱਟ ਸਕਦਾ ਹੈ ਉਹ ਮੇਰੇ ਕੋਲ ਇੱਥੇ ਉਹਦੇ ਅੰਕੜੇ ਵੀ ਸੀ ਕਿ ਕਿੰਨੇ ਕੁ ਲੋਕ ਉਦੋਂ ਅੰਬਾਲਾ ਡਿਵੀਜ਼ਨ ਸੀਗੇ ਜੇ ਉਦੋਂ ਅੰਬਾਲਾ ਡਿਵੀਜ਼ਨ ਨੂੰ ਬਾਹਰ ਕੱਢਦੇ ਤੇ 31 ਲੱਖ ਦੇ ਕਰੀਬ ਹਿੰਦੂ ਸੀਗੇ ਜਿਹੜੇ ਉਸ ਪਾਸੇ ਚਲ ਜਾਣੇ ਸੀਗੇ ਤੇ 2.5 ਲੱਖ ਦੇ ਕਰੀਬ ਸਿੱਖ ਸੀਗੇ ਤੇ 14 ਲੱਖ ਦੇ ਕਰੀਬ ਮੁਸਲਮਾਨਾਂ ਦੀ ਵਸੋਂ ਸੀਗੀ ਸੋ ਇਹ ਸਮਝਦੇ ਸੀ ਕਿ ਏਦਾਂ ਕਰਨ ਨਾਲ 63% ਜਿਹੜੀ ਬਹੁ ਗਿਣਤੀ ਆ ਉਹ ਮੁਸਲਮਾਨਾਂ ਦੀ ਹੋ ਜਾਂਦੀ ਆ ਦੂਸਰੇ ਪੰਜਾਬ ਦੇ ਏਰੀਏ ਦੇ ਵਿੱਚ ਯਾਨੀ ਕਿ ਉਹਨਾਂ ਦਾ ਪ੍ਰਭਾਵ ਅਸੀਂ ਘਟਾ ਸਕਦੇ ਹਾਂ ਜਾਂ ਵਧਾ ਸਕਦੇ ਏਦਾਂ ਦੀਆਂ ਕੋਈ ਕੈਲਕੂਲੇਸ਼ਨ ਸੀਗੀਆਂ ਸੋ ਇਹਦੇ ਨਾਲ ਜਿਹੜੇ ਆ ਸਿੱਖ ਤੇ ਹਿੰਦੂ ਉਹ ਇਹ ਸੋਚਦੇ ਸੀ ਕਿ ਅਸੀਂ ਪਹਿਲਾਂ ਹੀ ਉਸ ਇਲਾਕੇ 'ਚ ਰਹਿ ਰਹੇ ਜਿੱਥੇ ਮੁਸਲਿਮ ਬਹੁ ਗਿਣਤੀ ਆ ਤੇ ਸਾਡੇ ਤੇ ਇੱਕ ਕਿਸਮ ਦਾ ਗਲਬਾ ਰਹੇਗਾ ਸਿੱਖਾਂ ਦਾ ਤੇ ਦੋਨੇ ਪਾਸੇ ਇੱਕੋ ਹਾਲ ਸੀਗਾ ਜੀ ਮੈਂ ਸਮਝਦਾ ਜੇ ਆਪਾਂ ਇਸ ਤਰ੍ਹਾਂ ਉਹਨੂੰ ਮੰਨ ਲਈਏ ਜੇ ਕੌਮਾਂ ਦੇ ਸਿਧਾਂਤ ਨਾਲ ਵੰਡ ਨੂੰ ਸਨਮਾਨਣਾ ਹੋਵੇ ਸਮਝਣਾ ਹੋਵੇ ਤੇ ਜੇ ਸਿੱਖਾਂ ਨੂੰ ਇੱਕ ਕੌਮ ਦੇ ਤੌਰ ਤੇ ਵੇਖਿਆ ਜਾਵੇ ਤੇ ਉਹਨਾਂ ਦੇ ਵਾਸਤੇ ਇੱਕ ਬੜੀ ਵੱਡੀ ਦੁਬਿਧਾ ਸੀ ਵੀ ਉਹ ਕਿੱਧਰ ਜਾਣ ਇੱਕ ਪਾਸੇ ਉਹਨਾਂ ਦਾ ਸਾਰਾ ਜਿਹੜਾ ਜਿੱਥੇ ਉਹਨਾਂ ਦਾ ਧਰਾਤਲ ਸੀ ਉਹ ਖੁਸਦਾ ਨਜ਼ਰ ਆ ਰਿਹਾ ਸੀ ਨਨਕਾਣੇ ਤੋਂ ਲੈ ਕੇ ਲਾਹੌਰ ਤੱਕ ਜਿੱਥੇ ਕਦੀ ਉਹਨਾਂ ਦੀ ਸਟੇਟ ਵੀ ਰਹੀ ਹੋਵੇ ਤੇ ਦੂਜੇ ਪਾਸੇ ਜੇ ਉਹ ਦੂਜਾ ਫੈਸਲਾ ਲੈਂਦੇ ਸੀ ਜਿਹੜਾ ਆਖਰ ਲਿਆ ਸਿੱਖ ਲੀਡਰਸ਼ਿਪ ਨੇ ਉਹ ਸੀ ਕਿ ਫਿਰ ਲੰਬਾ ਸਮਾਂ ਤੱਕ ਹਿੰਦੂ ਗਲਬੇ ਦੇ ਪ੍ਰਭਾਵ ਥੱਲੇ ਰਹਿਣਾ ਸੋ ਸਿੱਖ ਮਾਨਸਿਕਤਾ ਦੇ ਵਿੱਚ ਦੋਨੇ ਚੀਜ਼ਾਂ ਜਿਹੜੀਆਂ ਸੀ ਉਸ ਸਮੇਂ ਵੀ ਹੋਣਗੀਆਂ ਅੱਜ ਵੀ ਆ ਤੇ ਜਦੋਂ ਅਸੀਂ ਕੈਲਕੂਲੇਸ਼ਨਾਂ ਕਰਦੇ ਹਾਂ ਕਿ ਅਸੀਂ ਕੀ ਖੱਟਿਆ ਗੁਆਇਆ ਤੇ ਅਸੀਂ ਦੇਖਦੇ ਹਾਂ ਕਿ ਸਮੁੱਚੇ ਪੰਜਾਬੀ ਕੌਮ ਨੇ ਬਹੁਤ ਕੁਝ ਗੁਆਇਆ ਪਰ ਸਿੱਖ ਬਹੁਤ ਥੋੜ੍ਹੀ ਗਿਣਤੀ 'ਚ ਹੋਣ ਦੇ ਬਾਵਜੂਦ ਉਹ ਸਮਝਦੇ ਕਿ ਅਸੀਂ ਤੇ ਸਭ ਕੁਝ ਹੀ ਗੁਆ ਲਿਆ ਬਹੁਤ ਸਾਰੀਆਂ ਹੁਣ ਆ ਰਹੀਆਂ ਨੇ ਬੁੱਕਸ ਆ ਰਹੀਆਂ ਨੇ ਕਿਤਾਬ ਮੈਂ ਪਿਛਲੇ ਦਿਨ ਹੀ ਦੇਖ ਰਿਹਾ ਸੀ ਲੋਸਟ ਹੈਰੀਟੇਜ ਆਫ ਸਿੱਖ ਇੱਕ ਲਿਖੀ ਆ ਕਿਸੇ ਨੇ ਬੜੀ ਮਿਹਨਤ ਕਰਕੇ ਤੇ ਜਦੋਂ ਆਪਾਂ ਪਾਕਿਸਤਾਨ ਵੱਲ ਜਾਂਦੇ ਹਾਂ ਜਾ ਕੇ ਦੇਖਦੇ ਹਾਂ ਤੇ ਸਾਨੂੰ ਮਹਿਸੂਸ ਹੁੰਦਾ ਕਿ ਅਸੀਂ ਤੇ ਆਪਣਾ ਸਾਰਾ ਕੁਝ ਗਵਾ ਕੇ ਬੈਠੇ ਹੋਏ ਹਾਂ ਅਸੀਂ ਤੇ ਮਤਲਬ ਆਪਣੇ ਮੁਲਕ ਵਿੱਚ ਵੀ ਬੇਗਾਨਗੀ ਵਾਲੀ ਭਾਵਨਾ 'ਚ ਵੱਸ ਰਹੇ ਹਾਂ ਦੂਜੇ ਪਾਸੇ ਜਿੱਦਾਂ ਤੁਸੀਂ ਕਿਹਾ ਕਿ ਇੱਕ ਡਰ ਦਾ ਮਾਹੌਲ ਸੀਗਾ ਭਾਰਤ ਵਿੱਚ ਭਾਵੇਂ ਨਹਿਰੂ ਦੇ ਸਮਿਆਂ ਤੋਂ ਲੱਗ ਕੇ ਡਰ ਦਾ ਮਾਹੌਲ ਤੇ ਸ਼ਾਇਦ ਇੰਨਾ ਜ਼ਿਆਦਾ ਹਾਵੀ ਨਹੀਂ ਸੀਗਾ ਪਰ ਕਿਤੇ ਨਾ ਕਿਤੇ
ਅੰਦਰ ਖਾਤੇ ਹਿੰਦੂ ਬਹੁ ਗਿਣਤੀ ਇਹ ਜ਼ਰੂਰ ਚਾਹ ਰਹੀ ਹੈ ਕਿ ਸਾਡਾ ਜਿਹੜਾ ਇਹ ਮੁਲਕ ਹੈ ਇਹ ਹਿੰਦੂ ਰਾਸ਼ਟਰ ਦੇ ਤੌਰ ਤੇ ਜਾਣਿਆ ਜਾਵੇ ਦੁਨੀਆਂ ਭਰ 'ਚ। ਨਿੱਕੀ ਨਿੱਕੀ ਤਿਆਰੀ ਸ਼ਾਇਦ ਉਦੋਂ ਵੀ ਹੋਊਗੀ, ਪਰ ਇਹਦੀ ਸ਼ਿੱਦਤ ਨਾਲ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਭਾਰਤੀ ਜਨਤਾ ਪਾਰਟੀ ਹਕੂਮਤ 'ਚ ਆਉਂਦੀ ਆ, ਅਤੇ ਉਸ ਤੋਂ ਬਾਅਦ ਲੋਕਾਂ ਨੂੰ ਮਹਿਸੂਸ ਹੁੰਦਾ ਕਿ ਸੱਚਮੁੱਚ ਹੀ ਭਾਰਤ ਡੈਮੋਕ੍ਰੇਸੀ ਤੋਂ ਖਿਸਕ ਕੇ ਹੌਲੀ ਹੌਲੀ ਹਿੰਦੂ ਰਾਸ਼ਟਰ ਵੱਲ ਵੱਧਦਾ ਜਾ ਰਿਹਾ। ਅਤੇ ਇੱਦਾਂ ਹੀ ਮੈਨੂੰ ਲੱਗਦਾ ਕਿਤੇ ਨਾ ਕਿਤੇ 1977 ਦਾ ਜਿਹੜਾ ਫਿਨੋਮਨਾ ਪਾਕਿਸਤਾਨ ਵਾਲਾ ਆ, ਜਦੋਂ ਜਿਆਲ ਹੱਕ ਆਉਂਦੇ ਆ ਤੇ ਜਿਹੜਾ ਕੱਟੜਤਾ ਵਾਲਾ ਸਿਸਟਮ ਉਦੋਂ ਉੱਥੇ ਲਾਗੂ ਹੁੰਦਾ, ਉਹਦੇ ਤੋਂ ਬਾਅਦ ਉਹਨਾਂ ਲੋਕਾਂ ਨੂੰ ਵੀ ਬੜੀ ਸ਼ਿੱਦਤ ਨਾਲ ਅਹਿਸਾਸ ਹੋਇਆ ਕਿ ਨਹੀਂ, ਇਸ ਤਰ੍ਹਾਂ ਮਜ਼ਹਬ ਦੇ ਨਾਂ ਤੇ ਮੁਲਕ ਜਿਹੜੇ ਆ ਉਹ ਜ਼ਿਆਦਾ ਕਾਰਗਰ ਨਹੀਂ ਹੋ ਸਕਦੇ ਜਦੋਂ ਕਿ ਅਸੀਂ ਆਪਣੇ ਭਾਸ਼ਾ ਬੋਲੀ ਆਪਣਾ ਕਲਚਰ ਆਪਣਾ ਖਿੱਤਾ ਆਪਣੀ ਜਿਹੜੀ ਉਹ ਜਖੇ ਜ਼ਮੀਨ ਆ ਉਹਦੇ ਨਾਲ ਜੁੜੇ ਹੋਏ ਬਾਕੀ ਸਾਰੀ ਚੀਜ਼ ਜਦੋਂ ਜਿਹਨੂੰ ਅਸੀਂ ਕਲਚਰਲ ਕਹਿ ਸਕਦੇ ਹਾਂ ਵੱਡੇ ਪੱਧਰ ਤੇ ਸੱਭਿਆਚਾਰ ਕਹਿ ਸਕਦੇ ਹਾਂ ਉਹਦੇ ਆਧਾਰ ਨੂੰ ਬੇਸ ਮੰਨ ਕੇ ਮੁਲਕ ਜਿਹੜਾ ਉਹ ਜ਼ਿਆਦਾ ਬਿਹਤਰ ਮੁਲਕ ਬਣ ਸਕਦੇ ਆ। ਸਹੀ ਹਰਜੀਤ ਸਾਹਿਬ, ਜਿਹੜੇ ਲਿਟਰੇਰੀ ਲੋਕਾਂ ਨੇ ਪਾਰਟੀਸ਼ਨ ਨੂੰ ਲਿਖਿਆ ਆਪਣੀਆਂ ਨਜ਼ਮਾਂ ਰਾਹੀਂ ਕਵਿਤਾਵਾਂ ਰਾਹੀਂ ਔਰ ਸ਼ਾਰਟ ਸਟੋਰੀਜ਼ ਰਾਹੀਂ ਜਾਂ ਨਾਵਲ ਰਾਹੀਂ, ਉਹਨਾਂ ਲੋਕਾਂ ਦੇ ਕੁਛ ਅਸੀਂ ਨਾਮ ਜਾਣ ਸਕਦੇ ਹਾਂ ਜਿਹੜੇ ਚੜ੍ਹਦੇ ਪੰਜਾਬ ਦੇ ਵਿੱਚ ਇੰਡੀਅਨ ਪੰਜਾਬ ਦੇ ਵਿੱਚ ਕੁਛ ਲੋਕਾਂ ਨੇ ਇਸ ਤੇ ਲਿਖਿਆ? ਜਿੱਥੋਂ ਤੱਕ ਲਿਟਰੇਚਰ ਦਾ ਸੰਬੰਧ ਹੈ ਜੀ, ਵੈਸੇ ਸਾਡੇ ਬਹੁਤ ਸਾਰੇ ਰਾਈਟਰ ਨੇ ਜਿਨ੍ਹਾਂ ਨੇ ਸ਼ੁਰੂਆਤ ਚੋਂ ਹੀ ਇਸ ਜਿਹੜੀ ਚੀਜ਼ ਹੈ ਇਹਦਾ ਦੁੱਖ ਮਹਿਸੂਸ ਕਰ ਲਿਆ ਸੀ। ਜਿਸ ਤਰੀਕੇ ਨਾਲ ਸਾਡੇ ਇਧਰਲੇ ਪਾਸਿਓਂ ਜੇ ਸਭ ਤੋਂ ਪਹਿਲੀ ਨਜ਼ਮ ਜਿਹੜੀ ਅੰਮ੍ਰਿਤਾ ਪ੍ਰੀਤਮ ਦੀ ਆ ਉਹ ਅੱਜ ਵੀ ਜਿਹੜੀ ਆ, ਹਾਂਜੀ, ਤੇ ਉਹਨੂੰ ਮਾਨਤਾ ਮਿਲੀ ਹੋਈ ਆ। ਦੂਜੇ ਪਾਸੇ ਤੁਹਾਡੇ ਵਾਲੇ ਪਾਸਿਓਂ ਬਹੁਤ ਸਾਰੇ ਲੋਕਾਂ ਨੇ ਕੰਮ ਕੀਤਾ ਤੇ ਬਹੁਤ ਸਾਰੇ ਲੋਕਾਂ ਦੇ ਇੰਨੇ ਸੋਹਣੀਆਂ ਕਵਿਤਾਵਾਂ ਆਈਆਂ, ਰੋਏ ਤੁਸੀਂ ਵੀ ਉਹ ਰੋਏ ਅਸੀਂ ਵੀ ਵਾਲੀ ਕਵਿਤਾ ਜਦੋਂ ਅਸੀਂ ਪੜ੍ਹਦੇ ਸੁਣਦੇ ਹਾਂ ਉਸਤਾਦ ਦਾਮੰਦ, ਹਾਂਜੀ, ਤੇ ਉਹਨਾਂ ਸਮਿਆਂ ਤੋਂ ਹੀ ਲੋਕ ਜਿਹੜੇ ਸੀ ਜਿਹਨਾਂ ਨੂੰ ਥੋੜੀ ਦੂਰ ਦ੍ਰਿਸ਼ਟੀ ਸੀ, ਦੂਰ ਤੱਕ ਸੋਚ ਸਕਦੇ ਸੀ, ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਸੀ, ਆਭਾਸ ਹੋ ਗਿਆ ਸੀ ਕਿ ਕਿਤੇ ਨਾ ਕਿਤੇ ਅਸੀਂ ਇੱਕ ਇਤਿਹਾਸਕ ਗਲਤੀ ਹੋ ਗਈ ਹੈ ਸਾਡੇ ਸਮਿਆਂ ਦੇ ਵਿੱਚ ਜਿਹਦੀ ਸ਼ਾਇਦ ਪੂਰਤੀ ਬਹੁਤ ਦੇਰ ਤੱਕ ਵੀ ਨਹੀਂ ਹੋ ਸਕਦੀ। ਮੈਨੂੰ ਯਾਦ ਹੈ ਜਦੋਂ ਮੈਂ ਐਜ ਏ ਇੰਜੀਨੀਅਰ ਜੋਬ ਕਰਦਾ ਸੀ ਤੇ ਸਾਡੀ ਮੇਰੇ ਕੋਲ ਕੁਦਰਤੀ ਅੰਮ੍ਰਿਤਸਰ ਡਿਸਟ੍ਰਿਕਟ ਦਾ ਬਾਰਡਰ ਏਰੀਆ ਸੀਗਾ, ਤੇ ਉੱਥੇ ਸਾਡੀਆਂ ਪਾਕਿਸਤਾਨ ਦੇ PWD ਨਾਲ ਸਾਡੀਆਂ ਮੰਤਰੀ ਮੀਟਿੰਗ ਚੱਲਦੀਆਂ ਹੁੰਦੀਆਂ ਸੀਗੀਆਂ ਵਾਹਗਾ ਬਾਰਡਰ ਤੇ ਉੱਥੇ ਮੈਨੂੰ ਕਈ ਵਾਰ ਲੱਗਦਾ ਹੁੰਦਾ ਸੀਗਾ ਕਿ ਸ਼ਾਇਦ ਅਸੀਂ ਭਾਰਤ ਵਾਲੇ ਪੰਜਾਬੀ ਉਹਨੇ ਖੁੱਲ੍ਹਦਿਲੇ ਨਹੀਂ ਆ ਜਿੰਨੇ ਖੁੱਲ੍ਹਦਿਲੇ ਲੋਕ ਪਾਕਿਸਤਾਨ ਵਾਲੇ ਪੰਜਾਬ ਦੇ ਨੇ। ਉਹ ਸਾਨੂੰ ਉਦੋਂ ਵੀ ਜਿੱਦਾਂ ਨਹੋਰੇ ਮਾਰਦੇ ਹੁੰਦੇ ਸੀ, ਸਰਦਾਰ ਜੀ ਜਰਮਨ ਇੱਕ ਹੋ ਗਿਆ, ਦੁਨੀਆਂ 'ਚ ਸਾਰੀ 'ਚ ਸਭ ਕੁਝ ਹੋ ਰਿਹਾ, ਆਪਾਂ ਨੂੰ ਕੀ ਹੋ ਗਿਆ, ਤੇ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸੀ। ਸਾਡੇ ਵਾਲੇ ਪਾਸੇ ਜਿਹੜੇ ਰਾਈਟਰ ਲੋਕ ਸੀ, ਮੈਂ ਕਿਰਪਾਜਨ ਗਿੱਲ ਵੀ ਤੁਹਾਡੇ ਮਿੱਤਰ ਨੇ ਸਾਰਿਆਂ ਦੇ ਆਉਂਦੇ ਰਹਿੰਦੇ ਨੇ, ਉਹਨਾਂ ਦਾ ਰੈਫਰੈਂਸ ਦੇ ਕੇ ਜ਼ਿਕਰ ਕਰਨਾ ਚਾਹਾਂਗਾ। ਉਹ ਕਹਿੰਦੇ ਨੇ ਕਿ ਅਸੀਂ ਜਦੋਂ ਪੰਜਾਬ ਦੀ ਸਾਂਝ ਦੀ ਗੱਲ ਕਰਦੇ ਹਾਂ, ਆਪਣੇ ਕਲਚਰ ਦੇ ਘੁਣ ਦੀ ਗੱਲ ਕਰਦੇ ਹਾਂ, ਆਪਣੀ ਭਾਸ਼ਾ ਦੀ ਗੱਲ ਕਰਦੇ ਹਾਂ ਜਾਂ ਆਪਣੇ ਸੱਭਿਆਚਾਰ ਦੀ ਗੱਲ ਕਰਦੇ ਹਾਂ, ਤੇ ਪਾਕਿਸਤਾਨ ਦੇ ਵਿੱਚ ਜਿਹੜੇ ਸਾਡੇ ਭਰਾ ਨੇ ਉਹਨਾਂ ਨੂੰ ਏਦਾਂ ਲੱਗਣ ਲੱਗਦਾ ਹੈ ਕਿ ਭਾਰਤ ਕਿਉਂਕਿ ਇੱਕ ਵੱਡਾ ਮੁਲਕ ਹੈ, ਏਰੀਏ ਦੇ ਮੁਤਾਬਕ ਵੀ ਉਂਝ ਵੀ ਤਾਕਤਵਰ ਹੋਏਗਾ ਕੁਦਰਤੀ ਤੌਰ ਤੇ ਕਿਉਂਕਿ ਵੱਡੀ ਆਰਮੀ ਹੈ, ਵੱਡਾ ਸਭ ਕੁਝ ਹੈ, ਤੇ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਕਿ ਸਾਡੇ ਵੱਡਿਆਂ ਨੇ ਬੜੀ ਸ਼ਿੱਦਤ ਨਾਲ ਕੁਰਬਾਨੀਆਂ ਨਾਲ ਜਿਹੜਾ ਵੱਖਰਾ ਸਾਡੇ ਲਈ ਮੁਲਕ ਦਿੱਤਾ, ਉਹਨੂੰ ਕਿਤੇ ਫਿਰ ਤੋਂ ਮੁੜ ਤੋਂ ਭਾਰਤ ਵਿੱਚ ਬੁਲਾਉਣ ਦੀ ਗੱਲ ਕੀਤੀ ਜਾ ਰਹੀ ਆ। ਇਹ ਇੱਕ ਬੜਾ ਚਿਰ ਲੋਕਾਂ ਨੂੰ ਕਨਫਿਊਜ਼ਨ ਰਿਹਾ, ਪਰ ਜਿਹੜੀਆਂ ਹੱਦਾਂ ਸਰਹੱਦਾਂ ਉਹ ਆਪਣੀ ਥਾਂ ਕਾਇਮ ਹੈ, ਕਾਇਮ ਰਹਿਣਗੀਆਂ, ਪਰ ਭਾਈਚਾਰਕ ਏਕਤਾ ਕਿਤੇ ਨਾ ਕਿਤੇ ਜਿਹੜੀ ਆ ਉਹ ਵਧਣੀ ਚਾਹੀਦੀ ਆ। ਤਾਂ ਬੜੀ ਸੋਹਣੀ ਗੱਲ, ਬਹੁਤ ਸੋਹਣੀ ਗੱਲ। ਦੇਖੋ, ਸਾਡਾ ਤੇ ਮੰਨਣਾ ਹੈ ਕਿ ਪਾਰਟੀਸ਼ਨ ਜਿਵੇਂ ਵੀ ਹੋਈ
ਉਹਦੇ ਸਾਹਮਣੇ ਆਉਣਾ ਚਾਹੀਦਾ ਹੈ ਕਿ ਉਹਦੇ ਵਿੱਚ ਕਿਹੜੇ ਕਿਹੜੇ ਲੋਕ ਸੀ, ਕਿਉਂਕਿ ਸਾਡਾ ਉਹਦੇ ਵਿੱਚ 1 million ਦੇ ਕਰੀਬ ਸਾਡਾ ਬੰਦਾ ਪੰਜਾਬੀ ਜਿਹੜਾ ਹੈ ਉਹ ਮਰਾ। ਔਰ ਕਿਸੇ ਇੱਕ ਇਨਸਾਨ ਦਾ ਮਰਨਾ ਇਹ ਵੀ ਕਿਸੇ ਕੌਮ ਵਾਸਤੇ ਬਹੁਤ ਵੱਡੀ ਗੱਲ ਹੁੰਦੀ ਹੈ, ਉਹਨੂੰ ਸਮਝਿਆ ਜਾਣਾ ਚਾਹੀਦਾ। ਲੇਕਿਨ ਇਹ ਵੀ ਹੈ ਕਿ ਜੋ ਹੱਦਾਂ ਸਰਹੱਦਾਂ ਹੈ ਇਹ ਕਾਇਮ ਰਹਿਣ, ਔਰ ਆਪਸੀ ਜਿਹੜਾ ਭਾਈਚਾਰਾ ਹੈ, ਆਪਸੀ ਟ੍ਰੇਡ ਹੈ, ਇਹ ਵਧਣੀ ਚਾਹੀਦੀ ਹੈ। ਜਿਵੇਂ ਪੂਰੀ ਦੁਨੀਆ ਦੇ ਵਿੱਚ ਗਵਾਂਢੀ ਦੇਸ਼ ਹੁੰਦੇ ਹਨ, ਔਰ ਇੱਕ ਕੌਮ ਵੀ ਜਿਹੜੀ ਹੈ ਹੱਦਾਂ ਅਤੇ ਸਰਹੱਦਾਂ ਦੇ ਦੋਨੋਂ ਸਾਈਡ 'ਤੇ ਹੋ ਸਕਦੀ ਹੈ। ਬੰਗਾਲ ਵੀ ਸਾਡੇ ਸਾਹਮਣੇ ਹੈ, ਹੋਰ ਦੁਨੀਆ ਦੇ ਵਿੱਚ ਕਈ ਮਿਸਾਲਾਂ। ਸੋ ਇਹਦੇ ਵਿੱਚ ਮਜ਼ੀਦ ਕੁੜੱਤਰ ਨਾ ਪਾਈ ਜਾਵੇ। ਪਾਰਟੀਸ਼ਨ ਤੋਂ ਬਾਅਦ ਦਾ ਜਿਹੜਾ ਚੜ੍ਹਦਾ ਪੰਜਾਬ ਹੈ ਉਹ ਕਿੰਝਦਾ ਹੈ? ਮਿਸਾਲ ਦੇ ਤੌਰ 'ਤੇ ਲਹਿੰਦਾ ਪੰਜਾਬ ਅਸੀਂ ਦੇਖਦੇ ਹਾਂ ਕਿ ਇੱਥੇ ਪੰਜਾਬੀ ਜਿਹੜਾ ਹੈ, ਜਿਹੜੀ ਤਾਕਤ ਹੈ ਉਹਦੇ ਹੱਥ ਹੀ ਹੈ। ਭਲੇ ਉਹ ਪੰਜਾਬੀ ਆਪਣੇ ਆਪ ਨੂੰ ਓਨ ਨਹੀਂ ਕਰਦਾ, ਲੇਕਿਨ ਉਹ ਬਲੱਡ ਪੰਜਾਬੀ ਹੈ। ਇੱਥੋਂ ਜਿਹੜੇ ਬਾਜਵੇ ਹਨ, ਚੀਮੇ ਹਨ ਜਾਂ ਦੂਸਰੇ ਜਿਹੜੇ ਰਾਜਪੂਤ ਹਨ, ਜ਼ਿਆਦਾ ਪਾਵਰਸ ਦਾ ਪਾਕਿਸਤਾਨ ਦਾ ਉਹਨਾਂ ਦੇ ਹੱਥਾਂ ਦੇ ਵਿੱਚ ਹੀ ਹੈ। ਕਲਚਰਲੀ ਉਹ ਆਪਣੇ ਆਪ ਨੂੰ ਪੰਜਾਬੀ ਓਨ ਨਹੀਂ ਕਰਦੇ, ਲਿੰਗੁਅਲੀ ਆਪਣੇ ਆਪ ਨੂੰ ਓਨ ਨਹੀਂ ਕਰਦੇ, ਲੇਕਿਨ ਉਹ ਖੂਨ ਪੰਜਾਬੀ ਦਾ ਹੈ। ਬਾਜਵਾ ਜੱਟਾਂ ਦਾ ਖੂਨ ਹੈ, ਉਹ ਇਨਕਾਰ ਇਸ ਤੋਂ ਨਹੀਂ ਕਰ ਸਕੇ, ਕਿਉਂਕਿ ਰਾਜਪੂਤਾਂ ਦਾ ਪੁੱਤਰ ਹੈ, ਉਹ ਰਾਜਪੂਤਾਂ ਦਾ ਪੁੱਤਰ ਹੀ ਰਹੇਗਾ। ਇੱਕ ਦਿਨ ਉਸਨੂੰ ਸਮਝ ਆ ਜਾਣੀ ਹੈ ਕਿ ਮੇਰੀ ਲੈਂਗੁਏਜ ਜਿਹੜੀ ਅਸੀਂ ਇੱਥੇ ਕੌਮੀ ਭਾਸ਼ਾ ਬਣਾਈ ਹੋਈ ਹੈ ਉਹ ਇੱਕ ਰਾਬਤੇ ਦੀ ਜ਼ਬਾਨ 'ਤੇ ਹੋ ਸਕਦੀ ਹੈ। ਕੌਮੀ ਭਾਸ਼ਾ, ਕੌਮੀ ਜ਼ਬਾਨ ਮੇਰੀ ਉਹ ਪੰਜਾਬੀ ਹੈ ਜਿਹੜੀ ਮੇਰੀ ਬਲੱਡ ਦੇ ਵਿੱਚ ਸ਼ਾਮਲ ਹੈ, ਵਟਕਿਆਂ ਦੀ ਬੋਲੀ ਹੈ, ਮੇਰੀ ਹਜ਼ਾਰਾਂ ਸਾਲਾਂ ਦੀ ਬੋਲੀ ਹੈ। ਉਸ ਸਾਈਡ ਦਾ ਜਿਹੜਾ ਪੰਜਾਬੀ ਹੈ ਉਹ ਕਿਵੇਂ ਆਪਣੇ ਆਪ ਨੂੰ ਦੇਖਦਾ ਹੈ, ਤਾਕਤ ਉਹਦੇ ਹੱਥ ਦੇ ਵਿੱਚ ਕਿਵੇਂ ਆਈ ਪਾਰਟੀਸ਼ਨ ਤੋਂ ਬਾਅਦ, ਔਰ ਉਹਦੇ ਆਪਣੇ ਰਾਈਟਸ ਵਾਸਤੇ ਕਿਵੇਂ ਉਸਨੇ ਫਿਰ ਸਟਰਗਲ ਕੀਤੀ ਹੈ। ਔਰ ਅੱਜ ਦਾ ਪੰਜਾਬ ਅਗਰ ਅਸੀਂ ਦੇਖਣਾ ਹੋਵੇ ਪਾਰਟੀਸ਼ਨ ਤੋਂ ਬਾਅਦ ਦਾ ਚੜ੍ਹਦਾ ਪੰਜਾਬ, ਤੇ ਉਹਦੀ ਸ਼ਕਲ ਕਿੰਝਦੀ ਹੈ? ਕਿਆ ਸ਼ਕਲ ਇਹ ਹੀ ਬਣੇਗੀ ਕਿ ਜਿਹੜਾ ਚੜ੍ਹਦੇ ਪੰਜਾਬ ਦੇ ਜਵਾਨੀ ਹੈ ਉਹ ਸਾਰੀ ਜਾਵੇ ਕੈਨੇਡਾ, ਅਮੈਰੀਕਾ, ਆਸਟ੍ਰੇਲੀਆ, UK ਉੱਥੇ ਜਾਵੇ, ਔਰ ਪਿਛਲਾ ਜਿਹੜਾ ਜਵਾਨ ਹੈ ਉਹ ਨਸ਼ਿਆਂ ਦੇ ਵਿੱਚ ਆਵੇ, ਜਾਂ ਉਹ ਜਿਹੜੇ ਧਾਰਮਿਕ ਗਰੁੱਪ ਹੈ ਉਹ ਕੱਟੜਪਨ ਜਿਹੜਾ ਹੈ, ਜਿਹੜੇ ਆਪਣੇ ਹੀਰੋਜ਼ ਨੂੰ ਵੀ ਨਾ ਮੰਨਣ ਔਰ ਨਵੇਂ ਨਵੇਂ ਹੀਰੋਜ਼ ਬਣਾਉਣ ਆਪਣੀ ਰਿਲੀਜੀਅਸ ਐਫੀਲੇਸ਼ਨ ਦਾ ਕਰਕੇ, ਇਹ ਪੰਜਾਬ ਸਾਡਾ ਬਚੇਗਾ? ਕਿੰਝ ਤੁਸੀਂ ਦੇਖਦੇ ਹੋ ਰਾਜਾ ਸਾਹਿਬ? ਵੈਸੇ ਤਾਂ ਇਹ ਨੁਕਤਾ ਜਿਹੜਾ ਤੁਸੀਂ ਉਠਾਇਆ ਇਹ ਬਹੁਤ ਅਹਿਮ ਹੈ ਇਸ ਵੇਲੇ ਪੰਜਾਬ ਵਾਸਤੇ, ਬੜਾ ਸੈਂਸਿਟਿਵ ਮੁੱਦਾ ਹੈ। ਪਰ ਇਹਦੇ ਬਾਵਜੂਦ ਇੱਕ ਦੋ ਘਟਨਾਵਾਂ ਨੂੰ ਇਸ ਤਰ੍ਹਾਂ ਵੇਖ ਲੈਣਾ ਕਿ ਸ਼ਾਇਦ ਸਾਰਾ ਪੰਜਾਬ ਇਸ ਤਰ੍ਹਾਂ ਸੋਚਦਾ, ਇਸ ਤਰ੍ਹਾਂ ਬਿਲਕੁਲ ਨਹੀਂ ਹੈ। ਚੜ੍ਹਦੇ ਪੰਜਾਬ ਦੀ ਜੇ ਤੁਸੀਂ ਗੱਲ ਕਰਾਂਗੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਬਹੁਤ ਗਿਣਤੀ ਜਿਹੜਾ ਭਾਈਚਾਰਾ ਹੈ, ਭਾਵੇਂ ਉਹ ਸਿੱਖ ਹੈ, ਹਿੰਦੂ ਹੈ, ਮੁਸਲਿਮ ਹੈ, ਸਾਡਾ ਉੱਥੇ ਅਜੇ ਵੀ ਇੱਕ ਸੈਕੂਲਰ ਸਿਧਾਂਤ ਦੇ ਉੱਤੇ ਚੱਲ ਰਿਹਾ ਮੁਲਕ ਹੈ। ਭਾਵੇਂ ਮੈਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਕਿ ਮੋਦੀ ਵਾਲੇ ਪ੍ਰੋਗਰਾਮ ਆਉਣ ਤੋਂ ਬਾਅਦ ਕਈ ਚੀਜ਼ਾਂ ਦੇ ਡਰ ਸਾਨੂੰ ਲੱਗਣ ਲੱਗ ਗਏ, ਉੱਥੇ ਵੀ ਮੈਂ ਆ ਕੇ ਇੱਕ ਗੱਲ ਵਾਰ ਵਾਰ ਆਪਣੇ ਜਿਹੜੇ ਐਕਸਪਰਟ ਆਉਂਦੇ ਨੇ ਜਦੋਂ ਧਰਮ ਦੀ ਗੱਲ ਹੁੰਦੀ ਹੈ ਨਾ, ਤੇ ਉਹ ਹਮੇਸ਼ਾ ਕਰਦੇ ਨੇ ਕਿ ਸਾਨੂੰ RSS ਖਾ ਜਾਏਗੀ, RSS ਦਾ ਗਲਬਾ ਸਾਡੇ ਤੇ ਹੋ ਜਾਏਗਾ। ਤੇ ਮੈਂ ਕਹਿੰਦਾ ਹੁੰਦਾ ਕਿ ਸਾਡੇ ਸਿਧਾਂਤ ਜਾਂ ਸਾਡੀ ਫਿਲੋਸਫੀ ਇੰਨੀ ਕਮਜ਼ੋਰ ਹੈ ਕਿ ਉਹਨਾਂ ਨੂੰ ਕੋਈ ਹੜੱਪ ਜਾਏਗਾ, ਖਾ ਜਾਏਗਾ। ਇਹ ਚੀਜ਼ਾਂ ਤੇ ਵਾਰ ਵਾਰ ਉੱਠਣਗੀਆਂ। ਜੇ ਪਾਰਟੀਸ਼ਨ ਦੇ ਦਰਦ ਨੂੰ ਅਸੀਂ ਅੱਜ ਪਛਾਣਿਆ ਹੈ ਤੇ ਉਦੋਂ ਦੀਆਂ ਗਲਤੀਆਂ ਨੂੰ ਅੱਜ ਪਛਾਣ ਰਹੇ ਹਾਂ, ਤੇ ਅੱਜ ਨਹੀਂ ਤੇ ਕੱਲ ਆਉਣ ਵਾਲੀਆਂ ਸਾਡੀਆਂ ਨਸਲਾਂ ਮੁੜ ਕੇ ਉਹ ਸੋਚਣਗੀਆਂ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਸਾਡੇ ਖੂਨ ਦੇ ਵਿੱਚ ਜਿਹੜੀ ਚੀਜ਼ ਹੈ, ਪੰਜਾਬੀ ਖੂਨ ਹੈ ਜਿਹੜਾ ਸਾਡਾ, ਉਹ ਕਦੀ ਨਾ ਕਦੀ ਫਿਰ ਉਸ ਪਾਸੇ ਨੂੰ ਤੁਰਦਾ। ਇਹ ਕੋਈ ਗੱਲ ਨਹੀਂ ਹੈ ਕਿ ਹੋਇਆ, ਜਾਇਤੀਆਂ ਹੋਈਆਂ, ਬਹੁਤ ਸਾਰੀਆਂ ਜਾਇਤੀਆਂ ਹੋਈਆਂ। ਚਲੋ ਪਾਰਟੀਸ਼ਨ ਵਾਲੀ ਜਾਇਤੀ ਤੋਂ ਬਾਅਦ ਫਿਰ ਪੰਜਾਬ ਜਿੱਦਾਂ ਦੁਬਾਰਾ ਵੰਡਿਆ ਗਿਆ, ਇਹਦੇ ਪਿੱਛੇ ਉਹਨਾਂ ਦੀਆਂ ਬੜੀਆਂ ਕੁੱਟਲ ਸਾਜ਼ਿਸ਼ਾਂ ਕਹਿ ਸਕਦਾ ਮੈਂ, ਜਿਹੜੀਆਂ ਕੰਮ ਕਰਦੀਆਂ ਨੇ ਸਿਆਸਤਦਾਨਾਂ ਦੀਆਂ। ਤੇ ਉਹ ਜੇ ਆਪਾਂ ਉਹਨਾਂ ਨੂੰ ਧਿਆਨ ਚ ਰੱਖੀਏ ਤੇ ਫਿਰ ਇੱਕ ਮੰਜ਼ਿਲ ਹੋਰ ਬਣਦਾ। ਜੇ ਆਪਣੀਆਂ ਮੂਵਮੈਂਟ ਜਿਹੜੀਆਂ ਲੋਕਾਂ ਦੀਆਂ ਉਹਨਾਂ ਤੇ ਵੱਲ ਧਿਆਨ ਕਰੀਏ ਤੇ ਇੱਕ ਮੰਜ਼ਿਲ ਹੋਰ ਬਣਦਾ। ਆਪਾਂ ਹੁਣੇ ਹੁਣੇ ਇੱਕ ਕਿਸਾਨ ਮੂਵਮੈਂਟ ਦੇ ਨਾਂ ਥੱਲੇ ਪੰਜਾਬੀਆਂ ਨੇ ਲੀਡ ਕੀਤਾ ਸਾਰੇ ਹਿੰਦੁਸਤਾਨ ਨੂੰ, ਤੇ ਇੱਕ ਨਵਾਂ ਰਾਹ ਦਿਖਾਇਆ ਕਿ ਪੰਜਾਬੀ ਕੌਮ
ਮਰੀ ਨਹੀਂ ਆ, ਪੰਜਾਬੀ ਕੌਮ ਦਾ ਜਜ਼ਬਾ ਅੱਜ ਵੀ ਉਹੀ ਹੈ। ਤੇ ਇਸ ਦੇ ਨਾਲ ਮੇਰੇ ਖਿਆਲ 'ਚ 84 ਤੋਂ ਬਾਅਦ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, 84 'ਚ ਜੋ ਕੁਛ ਹੋਇਆ ਪੰਜਾਬ ਦੇ ਵਿੱਚ, ਉਹਦੇ ਤੋਂ ਬਾਅਦ ਇਹ ਜਿਹੜਾ ਬਾਹਰ ਨਿਕਲਣ ਵਾਲਾ ਕੰਮ ਸ਼ੁਰੂ ਹੋਇਆ ਖਾਸ ਕਰਕੇ ਪੰਜਾਬੀਆਂ ਦੇ ਵਿੱਚ, ਇਹਦੇ ਬਹੁਤ ਸਾਰੇ ਦੂਰ ਰਸ ਪ੍ਰਭਾਵ ਨੇ, ਇਹਦੇ ਨੁਕਸਾਨ ਵੀ ਨੇ ਤੇ ਇਹਦੇ ਕਿਤੇ ਨਾ ਕਿਤੇ ਫਾਇਦਾ ਵੀ ਹੈ। ਪੰਜਾਬ ਹੁਣ ਜੇ ਧਰਤੀ ਵਾਲੀ ਜਿਹੜੀ ਗੱਲ ਹੈ ਸਾਡੀ, ਉਹ ਜਰਖੇਜ਼ ਧਰਤੀ ਜਿੱਥੇ ਅਸੀਂ ਪੈਦਾ ਹੋਏ ਉਹਦੇ ਨਾਲ ਸਾਡਾ ਜਿਹੜਾ ਮੋਹ ਹੈ ਉਹ ਆਪਣੀ ਥਾਂ ਹੈ। ਪਰ ਹੁਣ ਅਸੀਂ ਜਦੋਂ ਮਹਿਸੂਸ ਕਰਦੇ ਹਾਂ ਕਿ ਪੰਜਾਬ ਸਾਡਾ ਹੁਣ ਕੈਨੇਡਾ 'ਚ ਵੀ ਵੱਸ ਗਿਆ, ਇੰਗਲੈਂਡ 'ਚ ਵੀ ਆ, ਅਮੈਰੀਕਾ 'ਚ ਵੀ ਆ, ਆਪਣੇ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵੱਲ ਬੜੀ ਤੇਜ਼ੀ ਨਾਲ ਵੱਧ ਰਿਹਾ, ਤੇ ਕੁੱਲ ਦੁਨੀਆ ਤੇ ਜਦੋਂ ਪੰਜਾਬੀ ਪਹੁੰਚ ਜਾਂਦੇ ਆ ਤੇ ਸਾਡੇ ਸਾਡੇ ਫਿਰ ਉਹ ਜਿਹੜਾ ਅੱਖਾਂ ਵੀ ਖੁੱਲਦੀਆਂ ਨੇ, ਸਾਡਾ ਦਿਮਾਗ ਵੀ ਖੁੱਲਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਹਾਲਾਤਾਂ 'ਚੋਂ ਆਏ ਹਾਂ ਤੇ ਦੁਨੀਆ ਕਿੱਥੇ ਪਹੁੰਚ ਗਈ ਆ ਤੇ ਅਸੀਂ ਆਪਣੇ ਸੱਭਿਆਚਾਰ ਨੂੰ ਕਿੱਦਾਂ ਬਚਾਉਣਾ। ਹਾਂਜੀ ਸਰ, ਮੈਂ ਸੋਰੀ ਤੁਹਾਡੀ ਗੱਲ ਕੱਟ ਰਿਹਾ, ਮੈਂ ਇਹਦੇ 'ਚ ਇੱਕ ਚੀਜ਼ ਐਡ ਕਰਨਾ ਚਾਹ ਰਹੀ ਹਾਂ। ਮੈਂ ਜਿੱਥੇ ਅਸੀਂ ਇਸ ਨੂੰ ਸਾਨੂੰ ਇੱਕ ਦਰਦ ਇਹ ਵੀ ਹੈ ਕਿ ਸਾਡੇ ਜਵਾਨ ਆਪਣੀ ਧਰਤੀ ਨਾ ਛੱਡਣ, ਧਰਤੀ ਆਪ ਵਸਾਉਣ, ਉੱਥੇ ਖੁਸ਼ੀ ਇਹ ਵੀ ਹੁੰਦੀ ਹੈ। ਮੈਂ ਅਕਸਰ ਦੋਸਤਾਂ ਨੂੰ ਕਹਿੰਦਾ ਹੁੰਦਾ ਜਿਹੜੇ ਲਹਿੰਦੇ ਪੰਜਾਬ ਦੇ ਅੰਦਰ, ਉਹ ਕਹਿੰਦੇ ਕਿ ਕੀ ਫਿਊਚਰ ਹੈ ਪੰਜਾਬੀ ਦਾ, ਅਤੇ ਮੈਂ ਉਹਨੂੰ ਕਹਿੰਦਾ ਕਿ ਵੇਲਾ ਬਦਲੇਗਾ, ਬਦਲਾਓ ਆਏਗਾ। ਔਰ ਪੰਜਾਬੀ ਜਿਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਆਬਾਦ ਹੋਇਆ ਹੈ, ਜਿਤਨੀ ਉਸਨੇ ਤਰੱਕੀ ਕੀਤੀ ਹੈ ਜਾਂ ਉਹ ਤਰੱਕੀ ਦੀ ਰਾਹਾਂ 'ਤੇ ਚੱਲ ਰਿਹਾ ਹੈ, ਉਹਨਾਂ ਲੋਕਾਂ ਦੀ ਸੋਚ ਦੇ ਨਾਲ ਜਿਹੜੇ ਬਹੁਤ ਪੂਰੀ ਦੁਨੀਆ ਨੂੰ ਜਿਨ੍ਹਾਂ ਨੇ ਆਪਣੇ ਹੱਥਾਂ ਦੇ ਵਿੱਚ ਲਿਆ ਹੈ, ਔਰ ਪੂਰੀ ਦੁਨੀਆ ਦੇ ਇਨਸਾਨਾਂ ਦਾ ਸੋਚਦੇ ਨੇ ਹਿਊਮੈਨੀਟੇਰੀਅਨ ਬੁਨਿਆਦਾਂ 'ਤੇ, ਪੰਜਾਬੀ ਉਹਨਾਂ ਵੱਲੋਂ ਹੋ ਕੇ ਆਏਗੀ। ਮਿਸਾਲ ਦੇ ਤੌਰ 'ਤੇ ਜਦੋਂ ਉਹ ਦੇਖਣਗੇ ਕਿ ਹਰਜੀਤ ਸਿੰਘ ਕੈਨੇਡਾ ਦੇ ਵਿੱਚ ਬਹਿ ਕੇ ਅਤੇ ਪੰਜਾਬੀ ਇਸ ਲਈ ਨਹੀਂ ਛੱਡੀ, ਠੀਕ ਹੈ ਫਲਾਣੇ ਬੰਦੇ ਨੇ ਅਮੈਰੀਕਾ ਦੇ ਵਿੱਚ ਬਹਿ ਕੇ ਔਰ ਉਸਦਾ 50,000 ਕਿੱਲਾ ਉਸਦਾ ਬਦਾਮਾਂ ਦਾ ਬਾਗ ਹੈ, ਉਹ ਅੱਜ ਵੀ ਪੰਜਾਬੀ ਬੋਲਦਾ, ਆਪਣੀ ਪੰਜਾਬੀ ਆਈਡੈਂਟੀ ਨਾਲ ਜੁੜਾ ਹੋਇਆ। ਆਸਟ੍ਰੇਲੀਆ ਦਾ ਕਹਿੰਦਾ ਹੈ ਕਿ ਮੈਂ 30,000 ਦਾ ਮੈਂ ਪੀਚ ਇੱਥੇ ਲਾਉਂਦਾ ਹੁੰਦਾ, 30,000 ਏਕੜ ਦਾ, ਉਹ ਅੱਜ ਵੀ ਪੰਜਾਬੀ ਨਾਲ ਜੁੜਾ ਹੋਇਆ। ਅਤੇ ਇਹ ਜਿਹੜੀ ਗਲੋਬਲਾਈਜੇਸ਼ਨ ਹੈ ਉਹਨੂੰ ਸੋਚਣ 'ਤੇ ਮਜਬੂਰ ਕਰੇਗੀ ਕਿ ਯਾਰ ਮੈਂ ਫਿਰ ਕੀ ਹਾਂ। ਇਸ ਲਈ ਪੰਜਾਬੀ ਦਾ ਰਿਵਾਈਵਲ ਦੇ ਵਿੱਚ ਸਾਨੂੰ ਇਹ ਜਿਹੜਾ ਹੈ ਪੋਜ਼ਿਟਿਵਿਟੀ ਜਾਂ ਪੋਜ਼ਿਟਿਵ ਐਂਗਲ ਜਿਹੜਾ ਹੈ ਇਸ ਨੂੰ ਅਸੀਂ ਵੀ ਸਾਹਮਣੇ ਰੱਖਦੇ ਹਾਂ। ਪਲੀਜ਼ ਤੁਸੀਂ ਅੱਗੇ ਜਾਰੀ ਰੱਖੋ। ਬਿਲਕੁਲ ਜੀ, ਇਹ ਬਹੁਤ ਪੋਜ਼ਿਟਿਵ ਐਂਗਲ ਹੈ। ਮੈਂ ਵੀ ਸਮਝਦਾ ਹਾਂ ਕਿ ਇਹ ਜਿਹੜੇ ਵੱਡੇ ਇਤਿਹਾਸਕ ਕਦਮ ਹੁੰਦੇ ਆ ਉਹਦੇ ਪਿੱਛੇ ਬਹੁਤ ਸਾਰਾ ਲੰਬਾ ਸਮਾਂ ਦੀਆਂ ਨਾ ਸਿਰਫ ਸਟਰਗਲ ਸਗੋਂ ਉਸ ਸਮੇਂ ਦਾ ਜਿਹੜਾ ਇਤਿਹਾਸ ਸਿਰਜਿਆ ਜਾਂਦਾ ਹੈ। ਕੋਈ ਚੀਜ਼ਾਂ ਐਸੀਆਂ ਬਣਦੀਆਂ ਨੇ ਜਿਹਨਾਂ ਤੋਂ ਲੋਕ, ਦੇਖੋ ਜਦੋਂ ਅਸੀਂ ਇੰਡੀਆ ਦੀ ਇੰਡੀਪੈਂਡੈਂਸ ਦੀ ਲੜਾਈ ਲੜ ਰਹੇ ਸੀਗੇ ਤੇ ਉਹਨਾਂ ਸਮਿਆਂ ਵਿੱਚ ਜਿਹੜੇ ਗਦਰੀ ਬਾਬੇ ਸਾਡੇ ਸ਼ੁਰੂਆਤੀ ਦੌਰ 'ਚ 1914 'ਚ ਜਾਂਦੇ ਆ, ਉਹ ਵੀ ਤਾਂ ਅਮੈਰੀਕਾ ਤੇ ਕੈਨੇਡਾ ਦੀ ਧਰਤੀ ਤੋਂ ਇਹ ਚੀਜ਼ਾਂ ਵੇਖ ਕੇ ਜਾਂਦੇ ਆ ਨਾ ਕਿ ਸਾਡੇ ਮੁਲਕ, ਕਿਉਂਕਿ ਉਹ ਆਏ ਸੀਗੇ, ਉਹਨਾਂ ਦੀ ਬੈਕਗਰਾਉਂਡ ਜ਼ਿਆਦਾ ਲੋਕਾਂ ਦੀ ਫੌਜੀ ਸੀਗੀ ਤੇ ਉਹ ਸਮਝਦੇ ਸੀ ਕਿ ਅਸੀਂ ਬ੍ਰਿਟਿਸ਼ ਆਰਮੀ ਦੇ ਫੌਜੀ ਹਾਂ ਤੇ ਉਹ ਸੜਕਾਂ ਤੇ ਮੈਡਲ ਲਾ ਕੇ ਯੂਨੀਫਾਰਮ ਪਾ ਕੇ ਘੁੰਮਦੇ ਸੀਗੇ, ਸਾਈਜ਼ ਦੇ ਬਿਲਕੁਲ ਇੱਦਾਂ। ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੀ ਅਵਸਥਾ ਤੇ ਗੁਲਾਮਾਂ ਵਾਲੀ ਆ, ਇੱਥੇ ਸਾਡੇ ਨਾਲ ਟ੍ਰੀਟ ਉਦਾਂ ਹੀ ਕੀਤਾ ਜਾਂਦਾ ਜਿੱਦਾਂ ਗੁਲਾਮਾਂ ਨਾਲ ਕੀਤਾ ਜਾਂਦਾ, ਸਾਨੂੰ ਤੇ ਇੱਕ ਲੇਬਰ ਦੇ ਤੌਰ ਤੇ ਜਾਣਿਆ ਜਾਂਦਾ। ਫਿਰ ਇੱਥੋਂ ਦੇ ਲੋਕਲ ਜਿਹੜੇ ਵਿਰੋਧ ਹੋਏ ਉਹਨਾਂ ਨੇ ਉਹਨਾਂ ਨੂੰ ਸਿਖਾਇਆ ਕਿ ਨਹੀਂ, ਸਾਨੂੰ ਆਪਣੇ ਮੁਲਕ ਲਈ, ਆਪਣੀ ਧਰਤੀ ਲਈ, ਆਪਣੇ ਸੱਭਿਆਚਾਰ ਲਈ ਲੜਨਾ ਹੀ ਪਏਗਾ। ਤੇ ਉਹਨਾਂ ਨੇ ਫੌਰੀ ਫੈਸਲੇ ਲਏ, ਉਹ ਗਦਰ ਮੂਵਮੈਂਟ ਫੇਲ ਹੋਈ ਚਾਹੇ ਨਾ ਹੋਈ, ਪਰ ਉਹਦੇ ਅਸਰਾਤ ਜਿਹੜੇ ਨੇ ਉਹ ਅੱਜ ਵੀ ਅਸੀਂ ਆਪਣੇ ਉੱਤੇ ਪਏ ਵੇਖਦੇ ਹਾਂ। ਭਾਰਤ ਦੀ ਆਜ਼ਾਦੀ ਦੇ ਵਿੱਚ ਜਿਹੜਾ ਰੋਲ ਉਹਨਾਂ ਮੂਵਮੈਂਟਸ ਦਾ ਰਿਹਾ ਤੇ ਉਹਦੇ ਤੋਂ ਪ੍ਰੇਰਨਾ, ਹੁਣ ਕਰਤਾਰ ਸਿੰਘ ਸਰਾਭਾ ਵਰਗੇ ਲੋਕਾਂ ਤੋਂ ਪ੍ਰੇਰਨਾ ਲੈ ਕੇ ਭਗਤ ਸਿੰਘ ਜੀ ਆਉਂਦੇ ਆ, ਜਿਹੜੇ ਇੱਕ ਭਾਰਤ ਦੀ, ਸਮੁੱਚੇ ਭਾਰਤ ਦੀ, ਉਹਨਾਂ ਦਾ ਕਦੀ ਖਿਆਲ ਵੀ ਨਹੀਂ ਸੀ ਇਹ ਕਿ ਸਾਡੇ ਨਾਲ ਇਸ ਤਰ੍ਹਾਂ ਹੋਏਗਾ ਕਿ ਅਸੀਂ ਇੱਕ ਤੋਂ ਦੋ ਹੋ ਜਾਵਾਂਗੇ। ਉਹਨਾਂ ਲੋਕਾਂ ਨੇ ਇੱਕ ਸਾਂਝੀ ਲੜਾਈ ਲੜੀ। ਔਰ ਜੇ ਗਦਰ ਪਾਰਟੀ ਦੇ ਅਸੀਂ, ਮੈਂ ਇੱਥੇ ਹੁਣ ਬਹੁਤ ਸਾਰੀਆਂ ਬੁੱਕਸ ਆ ਗਈਆਂ ਨੇ ਉੱਤੇ,
ਬਹੁਤ ਸਾਰਾ ਜ਼ਿਕਰ ਨਹੀਂ ਕੀਤਾ ਜਾਂਦਾ, ਸਾਨੂੰ ਪੜ੍ਹਾਇਆ ਨਹੀਂ ਜਾਂਦਾ। ਭਾਰਤ ਵਾਲੇ ਪਾਸੇ ਅਗਰ ਕਿਸੇ ਵੀ ਵਿਦਵਾਨ ਨੂੰ ਵੀ ਪੁੱਛ ਲਿਆ ਜਾਵੇ ਕਿ ਜਿਹੜੀ ਇੰਡੀਪੈਂਡੈਂਟ ਜਿਹੜੀ ਲੜਾਈ ਅਸੀਂ ਲੜੀ ਆ ਉਹਦੇ ਵਿੱਚ ਕੌਣ ਕੌਣ ਮੁਸਲਿਮ ਸੀਗੇ, ਚਾਰ ਪੰਜ ਬੰਦਿਆਂ ਤੋਂ ਬਾਅਦ ਲੋਕਾਂ ਨੂੰ ਨਾਂ ਯਾਦ ਨਹੀਂ ਹੁੰਦੇ ਕਿਉਂਕਿ ਸਾਨੂੰ ਪੜ੍ਹਾਇਆ ਨਹੀਂ ਜਾਂਦਾ। ਇਸ ਤਰ੍ਹਾਂ ਮੈਂ ਦੇਖਦਾ ਪਾਕਿਸਤਾਨ ਵਾਲੇ ਪਾਸੇ ਵੀ ਆ, ਅੱਜ ਵੀ ਉਹ ਲੋਕ ਮੌਜੂਦ ਨੇ ਜਿਹੜੇ ਸਮਝਦੇ ਨੇ ਕਿ ਭਗਤ ਸਿੰਘ ਦੇ ਨਾਂ ਦੇ ਉੱਤੇ ਜੇ ਸ਼ਾਦਮਾ ਚੌਕ ਦੀ ਗੱਲ ਚੱਲਦੀ ਹੈ ਤੇ ਸ਼ਾਇਦ ਇਸਲਾਮ ਦੇ ਖਿਲਾਫ ਹੈ, ਤੇ ਬਹੁਤ ਸਾਰੇ ਲੋਕ ਉਹ ਵੀ ਨੇ ਜਿਹੜੇ ਸਮਝਦੇ ਨੇ ਕਿ ਭਗਤ ਸਿੰਘ ਸਾਡਾ ਹੀਰੋ ਹੈ। ਇਸ ਤਰ੍ਹਾਂ ਦੀ ਜਿਹੜੀ ਤੁਸੀਂ ਮੈਨੂੰ ਕੁਐਸਚਨ ਕੀਤਾ, ਇਹ ਦੋਨੇ ਪਾਸੇ ਅਜੇ ਵੀ ਉਹ ਰੈਡੀਕਲ ਟਾਈਪ ਲੋਕ ਮੌਜੂਦ ਨੇ ਜਿਹੜੇ ਇਤਿਹਾਸ ਨੂੰ ਪੁੱਠਾ ਮੋੜਾ ਦੇਣ ਲਈ ਆਪਣੇ ਯਤਨ ਕਰਦੇ ਰਹਿੰਦੇ ਆ, ਪਰ ਜਿਹੜੀ ਪੰਜਾਬੀ ਕੌਮ ਹੈ ਹੁਣ ਇੰਨੀ ਕੁ ਚੇਤਨ ਹੋ ਗਈ ਆ ਕਿ ਇਹਨਾਂ ਚੀਜ਼ਾਂ ਨੂੰ ਉਹ ਨਜ਼ਰਅੰਦਾਜ਼ ਕਰਕੇ ਅੱਗੇ ਵੱਧ ਸਕਦੀ ਹੈ। ਬਹੁਤ ਸੋਹਣੀ ਗੱਲ ਤੁਸੀਂ ਕੀਤੀ ਭਗਤ ਸਿੰਘ ਦਾ, ਬਿਲਕੁਲ ਤੁਸੀਂ ਸਹੀ ਕਿਹਾ ਕਿ ਧਾਰਮਿਕ ਗਰੁੱਪ ਹੈ ਉਹ ਨਹੀਂ ਚਾਹੁੰਦਾ ਕਿ ਭਗਤ ਸਿੰਘ ਦਾ ਇੱਥੇ ਨਾਮ ਵੀ ਲਿਆ ਜਾਵੇ। ਦੂਸਰੇ ਐਂਡ ਤੇ ਸਾਡੀਆਂ ਜਿਹੜੀ ਪੰਜਾਬੀ ਮੂਵਮੈਂਟ ਨਾਲ, ਪੰਜਾਬੀ ਨੈਸ਼ਨਲਿਜ਼ਮ ਨਾਲ, ਅਸੀਂ ਹਰ ਸਾਲ ਜਾਂਦੇ ਹਾਂ 23 ਮਾਰਚ ਨੂੰ, ਔਰ ਅਸੀਂ ਉਸ ਦਿਨ ਉੱਥੇ ਮੋਮਬੱਤੀਆਂ ਭਗਤ ਸਿੰਘ, ਰਾਜਗੁਰੂ ਔਰ ਸਿੱਖਦੇਵ ਦੀ ਯਾਦ ਦੇ ਵਿੱਚ ਅਸੀਂ ਜਲਾਉਂਦੇ। ਹਰਜੀਤ ਗਿੱਲ ਜੀ, ਇੱਕ ਹੋਰ ਜਿਹੜਾ ਤੁਹਾਡੇ ਤੋਂ ਅਹਿਮ ਸਵਾਲ ਜਿਹਦਾ ਤੁਸੀਂ ਬਹੁਤ ਅੱਛਾ ਸਾਨੂੰ ਦੱਸ ਸਕਦੇ ਹੋ, ਪੰਜਾਬੀ ਮੀਡੀਆ ਪਾਰਟੀਸ਼ਨ ਤੋਂ ਬਾਅਦ, ਅਸੀਂ ਪਾਰਟੀਸ਼ਨ ਤੋਂ ਪਹਿਲੇ ਦਾ ਪੰਜਾਬੀ ਮੀਡੀਆ ਡਿਸਕਸ ਨਹੀਂ ਕਰਦੇ, ਪਾਰਟੀਸ਼ਨ ਤੋਂ ਬਾਅਦ ਦਾ ਪੰਜਾਬੀ ਮੀਡੀਆ ਬਹੁਤ ਕਮਜ਼ੋਰ ਰਿਹਾ ਹੈ, ਕੀ ਵਜ੍ਹਾ ਤੁਸੀਂ ਸਮਝਦੇ ਹੋ? ਔਰ ਅੱਜ ਦਾ ਜਿਹੜਾ ਪੰਜਾਬੀ ਮੀਡੀਆ, ਜਿਵੇਂ ਅਸੀਂ ਪੰਜਾਬੀ ਦੇ ਵਿੱਚ ਟਾਕ ਕਰ ਰਹੇ ਹਾਂ, ਇਹ ਕਿਆ ਕੰਟਰੀਬਿਊਟ ਕਰ ਪਾਏਗਾ? ਔਰ ਆਉਣ ਵਾਲੇ ਕਿਉਂਕਿ 10-15 ਸਾਲਾਂ ਦੇ ਬਾਅਦ ਦੇ ਵਿੱਚ ਜਿਵੇਂ ਹਿੰਦੀ ਮੀਡੀਆ ਹੈ, ਇੱਥੇ ਉਰਦੂ ਦਾ ਮੀਡੀਆ ਹੈ, ਇਸ ਦੇ ਬਰਾਬਰ ਆਪਣੇ ਪੰਜਾਬੀ ਮੀਡੀਆ ਨੂੰ ਰੱਖ ਪਾਵਾਂਗੇ? ਬਿਲਕੁਲ, ਤੁਹਾਡਾ ਬਹੁਤ ਵਧੀਆ ਸਵਾਲ ਹੈ ਮੀਡੀਆ ਦੇ ਨਾਲ ਸੰਬੰਧਿਤ। ਜਿੱਥੋਂ ਤੱਕ ਤੁਸੀਂ ਕਹਿ ਰਹੇ ਹੋ ਕਿ ਪੰਜਾਬੀ ਮੀਡੀਆ ਪਾਰਟੀਸ਼ਨ ਦੇ ਵੇਲੇ ਜਾਂ ਉਹ ਤੋਂ ਬਾਅਦ ਦੇ ਸਮਿਆਂ ਦੇ ਵਿੱਚ ਕਿਸ ਤਰ੍ਹਾਂ ਦਾ ਸੀਗਾ, ਇਹਨੂੰ ਜੋੜ ਕੇ ਵੇਖਣਾ ਚਾਹੀਦਾ ਸਾਡੇ ਐਜੂਕੇਸ਼ਨ ਦੇ ਲੈਵਲ ਦੇ ਨਾਲ। ਉਹਨਾਂ ਸਮਿਆਂ ਦੇ ਵਿੱਚ ਮੈਨੂੰ ਯਾਦ ਹੈ ਜਦੋਂ ਤੁਸੀਂ ਬਹੁਤ ਛੋਟੇ ਸੀਗੇ ਤੇ ਉਹਨਾਂ ਸਮਿਆਂ 'ਚ ਵੀ ਪਿੰਡਾਂ ਦੇ ਵਿੱਚ ਉਰਦੂ ਵਿੱਚ ਪ੍ਰਿੰਟ ਹੋਇਆ ਅਖਬਾਰ ਕੋਈ ਵੀ ਬਜ਼ੁਰਗ ਪੜ੍ਹਦੇ ਹੁੰਦੇ ਸੀ, ਉਹ ਆਉਂਦਾ ਹੁੰਦਾ ਸੀਗਾ। ਸਾਡਾ ਰਾਬਤਾ ਉਰਦੂ ਨਾਲ ਬਿਲਕੁਲ ਟੁੱਟ ਗਿਆ, ਉਹ ਸਕ੍ਰਿਪਟ ਸਾਨੂੰ ਸਾਨੂੰ ਪੜ੍ਹਾਈ ਨਹੀਂ ਗਈ ਜਾਂ ਸਾਨੂੰ ਦੱਸੀ ਨਹੀਂ ਗਈ। ਇਸੇ ਤਰ੍ਹਾਂ ਹੀ ਬਹੁਤ ਸਾਰੀ ਜਿੱਦਾਂ ਚੀਜ਼ਾਂ, ਚਲੋ ਸਕ੍ਰਿਪਟ ਦਾ ਮਾਮਲਾ, ਲੈਂਗੁਏਜ ਦਾ ਮਾਮਲਾ ਆਪਣੀ ਥਾਂ ਖੜਾ। ਭਾਰਤ ਵਾਲੇ ਪਾਸੇ ਜੋ ਜੋ ਹੁਣ ਐਜੂਕੇਸ਼ਨ ਤੁਸੀਂ ਚੜ੍ਹਦੇ ਪੰਜਾਬ ਦੇ ਮੈਨੂੰ ਸਵਾਲ ਕਰ ਰਹੇ ਹੋ, ਜਿਉਂ ਜਿਉਂ ਐਜੂਕੇਸ਼ਨ ਦਾ ਥੋੜ੍ਹਾ ਲੈਵਲ ਵਧਿਆ ਉਹਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਸਾਡੇ ਗੜਬੜਾਂ ਸ਼ੁਰੂ ਹੋਈਆਂ ਕਿ ਸਾਨੂੰ ਜ਼ਬਰਦਸਤੀ ਹਿੰਦੀ ਠੋਸੀ ਗਈ ਸਾਨੂੰ। ਜਿੱਦਾਂ ਤੁਸੀਂ ਕਹਿੰਦੇ ਹੋ ਕਿ ਪਾਕਿਸਤਾਨ ਵਾਲਾ ਪੰਜਾਬੀ ਭਾਵੇਂ ਬਾਜਵਾ ਹੈ, ਚੀਮਾ ਹੈ, ਚੱਠਾ ਹੈ, ਪਰ ਅਜੇ ਉਹ ਇਸ ਚੀਜ਼ ਨੂੰ ਓਨ ਨਹੀਂ ਕਰ ਰਿਹਾ। ਇਸੇ ਤਰ੍ਹਾਂ ਹੀ ਸਾਨੂੰ ਇੱਕ ਮਾਡਰਨਾਈਜੇਸ਼ਨ ਦੇ ਨਾਂ ਥੱਲੇ ਇਸ ਤਰ੍ਹਾਂ ਸਿਖਾਇਆ ਗਿਆ ਕਿ ਸ਼ਾਇਦ ਹਿੰਦੀ ਤੇ ਅੰਗਰੇਜ਼ੀ ਬੋਲਣਾ ਜਿਹੜਾ ਆ ਉਹ ਸਮੇਂ ਦੇ ਹਾਣ ਦੀ ਗੱਲ ਹੈ ਤੇ ਪੰਜਾਬੀ ਲੈਂਗੁਏਜ ਜਿਹੜੀ ਆ ਉਹ ਸ਼ਾਇਦ ਉਸ ਪੱਧਰ ਦੀ ਨਹੀਂ। ਪਰ ਕਿਤੇ ਨਾ ਕਿਤੇ ਸਾਡੀ ਮਤਲਬ ਸਿੱਖ ਨੇਸ਼ਨ ਜਾਂ ਕਹਿ ਲਓ ਸਿੱਖਾਂ ਦੀ ਇੱਕ ਤੁਸੀਂ ਕਹਿ ਲਓ ਕਿ ਉਹਨਾਂ ਦੀ ਇੱਕ ਖੁਸ਼ੀ ਵਾਲੀ ਗੱਲ ਵੀ ਆ ਤੇ ਇੱਕ ਮਜਬੂਰੀ ਵੀ ਬਣ ਗਈ ਕਿ ਜਿਹੜਾ ਉਹਨਾਂ ਦਾ ਧਰਮ ਗ੍ਰੰਥ ਹੈ ਉਹ ਪੰਜਾਬੀ ਜ਼ਬਾਨ ਵਿੱਚ ਹੈ ਤੇ ਪੰਜਾਬੀ ਨੂੰ ਸਿੱਖ ਕਦੀ ਛੱਡ ਨਹੀਂ ਸਕਦਾ, ਜੋ ਮਰਜ਼ੀ ਹੋ ਜਾਏ, ਜਿੱਦਾਂ ਦਾ ਮਰਜ਼ੀ ਸਾਨੂੰ ਉਲਟਾ ਗੇੜਾ ਪੜਾਇਆ ਜਾਵੇ, ਪਰ ਜਿਹੜਾ ਬੰਦਾ ਵੀ ਸਿੱਖ ਹੈ, ਸਿਰ ਤੇ ਪਗੜੀ ਬੰਨਦਾ, ਉਹ ਧਰਮ ਦੇ ਨਾਲ ਨਾਲ ਆਪਣੀ ਭਾਸ਼ਾ ਦੇ ਨਾਲ ਵੀ ਬੜੀ ਸ਼ਿੱਦਤ ਨਾਲ ਜੁੜਿਆ ਹੋਇਆ। ਤੇ ਇੱਥੋਂ ਹੀ ਮਸਲੇ ਖੜੇ ਪੰਜਾਬ ਦੇ ਹੋਏ। 1961 ਦੀ ਜਦੋਂ ਮਰਦਮਸ਼ੁਮਾਰੀ ਹੋਈ ਉਹਦੇ ਵਿੱਚ ਪੰਜਾਬ ਦੇ ਹਿੰਦੂਆਂ ਦੇ ਵਿੱਚ ਇੱਕ ਐਸਾ ਵਰਗ ਖੜਾ ਹੋ ਗਿਆ ਜਿਹਨੇ ਨਫ਼ਰਤ ਦੇ ਬੀਜ ਉਸ ਤਰ੍ਹਾਂ ਹੀ ਬੀਜੇ ਜਿੱਦਾਂ ਦੇ ਲੀਗ ਨੇ 1939-40 ਦੇ ਵਿੱਚ
ਪਾਰਟੀਸ਼ਨ ਤੋਂ ਪਹਿਲਾਂ ਬੀਜੇ ਸੀਗੇ। ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਖੇਡਣ ਦੀ ਕੋਸ਼ਿਸ਼ ਹੋਈ। ਇੱਥੋਂ ਤੱਕ ਕਿਹਾ ਕਿ ਅਸੀਂ ਤੇ ਇੱਕ ਖਾਸ ਕਰਕੇ ਤੁਸੀਂ ਕਰੋ ਜਿਹੜਾ ਸੈਂਟਰਲ ਜ਼ਿਲ੍ਹਾ ਪੰਜਾਬ ਦਾ ਇਸ ਵੇਲੇ ਚੜ੍ਹਦੇ ਪੰਜਾਬ ਦਾ ਜਲੰਧਰ, ਅਸੀਂ ਇੱਥੇ ਪੰਜਾਬੀ ਨੂੰ ਵੜਨ ਨਹੀਂ ਦਾਂਗੇ, ਸਕੂਲਾਂ 'ਚ ਨਹੀਂ ਵੜਨ ਦਿਆਂਗੇ। ਕਾਲ ਦਿੱਤੀਆਂ ਗਈਆਂ ਕਿ ਆਪਣੀ ਮਾਂ ਬੋਲੀ ਹਿੰਦੀ 'ਚ ਲਿਖਾਓ। ਜਦੋਂ ਮਰਦਮਸ਼ੁਮਾਰੀ ਕਰਨ ਵਾਲਾ ਵਿਅਕਤੀ, ਸੈਂਸਸ ਵਾਲਾ ਵਿਅਕਤੀ ਜਾਂਦਾ, ਸਵਾਲ ਪੁੱਛਦਾ, ਜਵਾਬ ਪੰਜਾਬੀ 'ਚ ਦੇ ਰਿਹਾ ਪਰ ਮਾਤ ਭਾਸ਼ਾ ਆਪਣੀ ਹਿੰਦੀ ਲਿਖਾ ਰਿਹਾ, ਉੱਥੇ ਪੰਜਾਬ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੁੰਦਾ। ਉੱਥੇ ਪੰਜਾਬ ਦੇ ਵਿੱਚ ਫਿਰ ਨਵੇਂ ਫੁੱਟ ਦੇ ਬੀਜ ਪੈਦਾ ਹੁੰਦੇ ਆ, ਤੇ ਫਿਰ ਇੱਥੇ ਆ ਕੇ ਜਿਹੜੀ ਸਿੱਖ ਲੀਡਰਸ਼ਿਪ ਆ ਅਗੇਨ ਉਸੇ ਤਰ੍ਹਾਂ ਹੀ ਫੇਲ ਹੁੰਦੀ ਆ ਜਿੱਦਾਂ 1947 ਵੇਲੇ ਫੇਲ ਹੋਈ। ਉਹ ਆਪਣੀ ਇੱਕ ਹੋਮੇ ਨੂੰ ਪੱਠੇ ਪਾਉਣ ਲਈ ਜਾਂ ਆਪਣਾ ਇਹ ਦੱਸਣ ਲਈ ਕਿ ਇੱਕ ਸਰਦਾਰ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੀਦਾ, ਜਿਹੜੀਆਂ ਚੀਜ਼ਾਂ ਸ਼ਾਇਦ ਪਹਿਲਾਂ ਵੀ ਆਪਾਂ ਢਾਈਆਂ ਹੋਣਗੀਆਂ, ਉਹਦੇ ਕਰਕੇ ਪੰਜਾਬ ਦਾ ਅਸੀਂ ਸੱਤਿਆਨਾਸ਼ ਕਰ ਲੈਂਦੇ ਹਾਂ। ਪੰਜਾਬ ਇੱਕ ਚਿੜੀ ਦੇ ਪਹੁੰਚੇ ਜਿੱਦਾਂ ਚੜ੍ਹਦਾ ਪੰਜਾਬ ਰਹਿ ਜਾਂਦਾ, ਜਿਹੜਾ ਪਹਿਲਾਂ ਆਪਾਂ ਅਜੇ ਰੋਣਾ ਪਾਰਟੀਸ਼ਨ ਦਾ ਰੋ ਰਹੇ ਹਾਂ ਕਿ ਅਸੀਂ ਬੜੇ ਇਕੱਠੇ ਸੀ, ਸਾਡਾ ਐਡਾ ਵੱਡਾ ਪੰਜਾਬ ਸੀ, ਸਾਡੀ ਰਹਿਤ ਲਿਖ ਸੀ, ਤੇ ਹੁਣ ਅਸੀਂ ਇਸ ਪੰਜਾਬ ਦੇ ਵੀ ਇੰਨੇ ਟੋਟੇ ਕਰਾ ਤੇ ਕਿ ਸਾਰਾ ਪਹਾੜੀ ਏਰੀਆ ਵੀ ਸਾਡੇ ਚੋਂ ਨਿਕਲ ਗਿਆ। ਕਾਂਗੜਾ ਸ਼ੈਲੀ, ਕਾਂਗੜਾ ਦੇ ਉਹ ਪੁਰਾਣੇ ਚਿੱਤਰ, ਕਾਂਗੜਾ ਦਾ ਉਹ ਪੁਰਾਣਾ ਇਤਿਹਾਸ ਤੇ ਲਿਟਰੇਚਰ, ਸ਼ਿਮਲਾ ਤੱਕ ਕਿੱਥੋਂ ਤੱਕ ਅਸੀਂ ਫੈਲੇ ਸੀ, ਦੂਜੇ ਪਾਸੇ ਅਸੀਂ ਦਿੱਲੀ ਨੂੰ ਜਾ ਕੇ ਟੱਚ ਕਰਦੇ ਸੀ, ਉਹ ਤੋਂ ਵੀ ਅੱਗੇ ਜਾਂਦੇ ਸੀਗੇ, ਤੇ ਉਹ ਸਾਰਾ ਕੁਝ ਅਸੀਂ ਗਵਾ ਲਿਆ। ਉਹ 'ਚ ਸਾਡੀਆਂ ਬਹੁਤ ਸਾਰੀਆਂ ਗਲਤੀਆਂ ਨੇ। ਸਟੇਟ ਨੇ ਆਪਣੇ ਢੰਗ ਨਾਲ ਚੱਲਣਾ ਹੁੰਦਾ, ਪਰ ਜਿਹੜਾ ਆਵਾਮ ਹੈ ਉਹਨੂੰ ਅੱਖਾਂ ਜ਼ਰੂਰ ਖੋਲ੍ਹ ਕੇ ਰੱਖਣੀਆਂ ਚਾਹੀਦੀਆਂ ਕਿ ਜੋ ਕੁਛ ਸਾਡੇ ਆਲੇ ਦੁਆਲੇ ਤਾਣਾ ਬਾਣਾ ਜਾਲ ਬੁੜਿਆ ਜਾ ਰਿਹਾ, ਅਸੀਂ ਉਹ 'ਚ ਕਿਤੇ ਫਸਦੇ ਨਹੀਂ ਰਹੇ, ਕਿਤੇ ਬਾਜਵੇ ਚੱਠੇ ਚੀਮੇ ਉਸ ਚੱਕਰ 'ਚ ਫਸ ਕੇ ਤਾਂ ਨਹੀਂ ਪੰਜਾਬੀਅਤ ਤੋਂ ਮੁਨਕਰ ਹੋ ਰਿਹਾ। ਇਸੇ ਤਰ੍ਹਾਂ ਹੀ ਇੱਧਰਲੇ ਪਾਸੇ ਸਾਡੇ ਵੱਲ ਵੀ ਇਹੋ ਕੁਛ ਚੱਲ ਰਿਹਾ। ਜੀ, ਹਰਜੀਤ ਗਿੱਲ ਸਾਹਿਬ ਨਾਲ ਗੱਲਬਾਤ ਜਾਰੀ ਹੈ, ਜੋ ਕਿ ਜਰਨਲਿਸਟ ਹਨ ਔਰ ਕੈਨੇਡਾ ਦੇ ਅੰਦਰ ਇੱਕ ਮੰਨੇ ਪਨੁਨੇ ਜਰਨਲਿਸਟ ਹਨ, ਸਾਰੇ ਮੁੱਦੇ ਡਿਸਕਸ ਕਰਦੇ ਹਨ। ਹਰਜੀਤ ਸਾਹਿਬ, ਕਿਵੇਂ ਵੇਖਦੇ ਹੋ ਕੈਨੇਡਾ ਦੇ ਅੰਦਰ ਜਿਹੜਾ ਪੰਜਾਬੀ ਜਰਨਲਿਜ਼ਮ ਹੈ, ਕਿ ਕਿਆ ਆਪਣੇ ਪੈਰ ਜਮਾ ਚੁੱਕੀ ਹੈ, ਜਿਹੜੀ ਚੜ੍ਹਦੇ ਔਰ ਲਹਿੰਦੇ ਦੇ ਵਿੱਚ ਬੇਸ਼ੱਕ ਅਜੇ ਤੱਕ ਨਹੀਂ ਜਮਾ ਚੁੱਕੀ? ਬਿਲਕੁਲ ਰਾਜਾ ਸਾਹਿਬ, ਐਕਚੁਲੀ ਆਪਾਂ ਇਹ ਚੀਜ਼ ਨੂੰ ਮੰਨ ਕੇ ਚੱਲਦੇ ਹਾਂ ਔਰ ਸਮਝਦੇ ਹਾਂ ਕਿ ਜਦੋਂ ਮਾਈਗ੍ਰੇਸ਼ਨ ਹੁੰਦੀ ਆ, ਇਮੀਗ੍ਰੇਸ਼ਨ ਹੁੰਦੀ ਆ, ਤੇ ਲੋਕ ਆਪਣਾ ਬੋਲੀ, ਆਪਣਾ ਕਲਚਰ, ਸੱਭਿਆਚਾਰ, ਸਾਰੀਆਂ ਚੀਜ਼ਾਂ, ਆਪਣੀਆਂ ਆਦਤਾਂ ਚੰਗੀਆਂ ਤੇ ਬੁਰੀਆਂ ਸਾਰੀਆਂ ਆਪਣੇ ਨਾਲ ਲੈ ਕੇ ਜਾਂਦੇ ਨੇ, ਤੇ ਪੰਜਾਬੀ ਜਿਹੜੇ ਆ ਉਹ ਵੀ ਜਿੱਥੇ ਜਿੱਥੇ ਜਾ ਕੇ ਵਸੇ ਨੇ ਦੁਨੀਆਂ ਦੇ ਵਿੱਚ, ਉੱਥੇ ਉੱਥੇ ਉਹਨਾਂ ਨੇ ਆਪਣੇ, ਜਿਹੜਾ ਤੁਸੀਂ ਸ਼ਬਦ ਵਰਤਿਆ, ਪੈਰ ਜਮਾਏ ਨੇ, ਉਹਨਾਂ ਨੇ ਆਪਣੀ ਹੋਂਦ ਜਿਹੜੀ ਆ ਉਹ ਜ਼ਰੂਰ ਦਰਸਾਈ ਆ ਕਿ ਅਸੀਂ ਵੀ ਹੈ ਇੱਥੇ ਦੁਨੀਆਂ ਦੇ ਉੱਤੇ ਆ ਤੇ ਸਾਡਾ ਇਹ ਕਲਚਰ ਹੈ। ਸੋ ਸਾਨੂੰ ਆਪਣਾ ਜਿਹੜਾ ਕਲਚਰ ਹੈ, ਆਪਣੀ ਜਿਹੜੀ ਭਾਸ਼ਾ ਆ, ਉਹਦੇ ਨਾਲ ਜਿਹੜਾ ਸਾਡਾ ਜੁੜਾਅ ਆ ਉਹਨੂੰ ਅਸੀਂ ਨਿਰੰਤਰ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ। ਜਿੱਥੋਂ ਤੱਕ ਕੈਨੇਡਾ ਦੀ ਗੱਲ ਕਰਦੇ ਹਾਂ, ਕਿਉਂਕਿ ਕੈਨੇਡਾ ਦੇ ਵਿੱਚ ਪ੍ਰਵਾਸ ਇੰਗਲੈਂਡ ਤੋਂ ਬਾਅਦ ਸ਼ਾਇਦ ਸਭ ਤੋਂ ਪਹਿਲਾਂ ਕੈਨੇਡਾ ਵਿੱਚ ਹੋਇਆ, ਤੇ ਕੈਨੇਡਾ ਨੇ ਬਾਹਾਂ ਖੋਲ੍ਹ ਕੇ ਸਵਾਗਤ ਕੀਤਾ, ਤੇ ਬਹੁਤ ਸਾਰੇ ਪੰਜਾਬੀ ਜਿਹੜੇ ਆ ਉਹ ਕੈਨੇਡਾ 'ਤੇ ਆਏ, ਬਹੁਤ ਸਾਰੇ ਹੋਰ ਲੋਕ ਵੀ ਆਏ, ਪਰ ਪੰਜਾਬੀ ਆਪਣੇ ਹਿਸਾਬ ਨਾਲ ਬਹੁਤ ਜ਼ਿਆਦਾ ਕੈਨੇਡਾ ਵਿੱਚ ਸ਼ੁਰੂਆਤੀ ਦੌਰ 'ਚ ਆ ਕੇ ਵਸੇ। ਹੁਣ ਇੱਥੇ ਹੀ ਮੇਰਾ ਇੱਕ ਨਾ ਸਬ ਕੁਐਸਚਨ, ਪਲੀਜ਼ ਉਹ ਐਡ ਕਰ ਲਓ, ਕਿ ਸਾਡੇ ਕੋਲ ਕੁਝ ਐਸੇ ਨਾਂ ਜਿਹਨਾਂ ਦੇ ਕੈਨੇਡਾ ਦੇ ਅੰਦਰ ਪੰਜਾਬੀਅਤ ਦਾ ਫਖਰ ਬਣੇ ਔਰ ਪੰਜਾਬੀ ਉਹਨੂੰ ਆਉਣ ਵਾਲੀ ਜਿਹੜੀ ਕੈਨੇਡਾ ਦੀ ਹਿਸਟਰੀ ਹੈ, ਕੈਨੇਡਾ ਦੇ ਵਿੱਚ ਪੰਜਾਬੀ, ਉਹ ਹਮੇਸ਼ਾ ਯਾਦ ਰੱਖਣਗੇ, ਕੁਛ ਐਸੇ ਨਾਮ ਔਰ ਉਹਨਾਂ ਨੇ ਕੀ ਵੱਡਾ ਕੀਤਾ, ਪਲੀਜ਼ ਇਹ ਵੀ ਐਡ ਕਰ ਲਓ। ਰਾਜਾ ਸਾਹਿਬ, ਜੇ ਆਪਾਂ ਪਰਟੀਕੁਲਰਲੀ ਇਹਦਾ ਨਾਂ 'ਚ ਲੈਣ ਲੱਗੇ ਤੇ ਫਿਰ ਬਹੁਤ ਸਾਰੇ ਲੋਕ ਮਿਸ ਹੋ ਜਾਣਗੇ ਆਪੋ ਆਪਣਾ ਰੋਲ ਹੈ ਸਭ ਦਾ, ਤੇ ਤੁਸੀਂ ਜਿੱਥੋਂ ਤੱਕ ਤੇ ਇੱਥੋਂ ਦੀਆਂ ਸਿਆਸੀ ਜਿਹੜੀਆਂ ਪਾਰਟੀਆਂ ਉਹਦੇ ਵਿੱਚ ਸਾਡੀ ਸ਼ਮੂਲੀਅਤ ਹੋਈ ਆ ਪੰਜਾਬੀਆਂ ਦੀ, ਉਹ ਸਾਡੀ ਸਟਰੈਂਥ ਤੋਂ ਕਿਤੇ ਜ਼ਿਆਦਾ ਹੈ।
ਪਹਿਲਾਂ ਪਹਿਲੀਆਂ ਦੇ ਵਿੱਚ ਜਿਵੇਂ ਅਸੀਂ ਦੇਖਦੇ ਹਾਂ ਕਿ ਸਾਡਾ ਰੁਝਾਨ ਸਾਰਿਆਂ ਦਾ ਲੇਬਰ ਲੇਬਰ ਜਿਹੜੀ ਪਾਰਟੀ ਜਿੱਦਾਂ ਇੰਗਲੈਂਡ ਦੀ ਲੇਬਰ ਪਾਰਟੀ ਹੈ ਇੱਥੇ ਉਹਨੂੰ ਲਿਬਰਲ ਪਾਰਟੀ ਕਹਿੰਦੇ ਹਾਂ ਉਹਦੇ ਵੱਲ ਜ਼ਿਆਦਾ ਸੀਗਾ ਕਿਉਂਕਿ ਜਿਹੜੇ ਵੱਡੇ ਟੂਡੋ ਸਾਹਿਬ ਸੀਗੇ ਉਹਨਾਂ ਨੇ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਹੈ ਉਹਨੂੰ ਬੜਾ ਲਚਕਦਾਰ ਲਚਕੀਲਾ ਬਣਾਇਆ ਸੀ ਕਿ ਬਹੁਤ ਸਾਰੇ ਬਹੁਤ ਲੋਕ ਆਏ ਅਤੇ ਪੁਰਾਣੀ ਪੀੜ੍ਹੀ ਦੇ ਬਹੁਤ ਸਾਰੇ ਲੋਕ ਇਹ ਸਮਝਦੇ ਆ ਕਿ ਸਾਡੇ ਉੱਤੇ ਜਿਹੜੀ ਲਿਬਰਲ ਪਾਰਟੀ ਆ ਉਹਦਾ ਕਿਸਮ ਦਾ ਅਹਿਸਾਨ ਹੈ ਕਿ ਸਾਨੂੰ ਇੱਥੇ ਵਸਣ 'ਚ ਅਤੇ ਬਰਾਬਰ ਦੇ ਸ਼ਹਿਰੀਆਂ ਦਾ ਦਰਜਾ ਦੇਣ 'ਚ ਉਹਨਾਂ ਦਾ ਬੜਾ ਵੱਡਾ ਰੋਲ ਹੈ। ਅੱਜ ਵੀ ਵਧੇਰੇਤਰ ਪੰਜਾਬੀ ਜਿਹੜੇ ਆ ਜਾਂ ਭਾਰਤੀ ਜਾਂ ਪਾਕਿਸਤਾਨੀ ਮੂਲ ਦੇ ਲੋਕ ਉਹ ਲਿਬਰਲ ਜ਼ਿਆਦਾ ਪਾਰਟੀ ਨੂੰ ਪਸੰਦ ਕਰਦੇ ਆ। ਉਹਦੇ ਤੋਂ ਬਾਅਦ ਇੱਕ ਥੋੜ੍ਹਾ ਸਮਾਂ ਇਹ ਵੀ ਆਇਆ ਜਦੋਂ ਜੈਕ ਲੇਟਨ ਜਿਹੜੇ ਹੁੰਦੇ ਸੀਗੇ ਅਤੇ ਐਨ ਡੀ ਪੀ ਜਿਹੜੀ ਆ ਨਿਊ ਡੈਮੋਕ੍ਰੇਟਿਕ ਪਾਰਟੀ ਜਿਹੜੀ ਆ ਉਹ ਪ੍ਰੋਗਰੈਸਿਵ ਪਾਰਟੀ ਦੇ ਤੌਰ ਤੇ ਜਾਣੀ ਜਾਂਦੀ ਸੀ। ਉਹਦੇ ਉੱਤੇ ਸੋਸ਼ਲਿਜ਼ਮ ਦਾ ਜ਼ਿਆਦਾ ਪ੍ਰਭਾਵ ਸੀਗਾ ਅਤੇ ਉਹ ਜੈਕ ਲੇਟਨ ਦੇ ਜਾਣ ਤੋਂ ਬਾਅਦ ਉਹਦਾ ਕਾਫੀ ਨਿਘਾਰ ਆਇਆ ਉਹਦੇ ਵਿੱਚ ਕਈ ਤਰ੍ਹਾਂ ਦੇ ਐਲੀਮੈਂਟ ਆ ਗਏ ਅਤੇ ਉਹਦੇ ਵਿੱਚ ਵੀ ਪੰਜਾਬੀ ਕਾਫੀ ਜ਼ਿਆਦਾ ਪਾਰਟੀਸਪੇਟ ਕਰਦੇ ਆ ਅਤੇ ਹੁਣ ਤਾਂ ਜਿਹੜੀ ਕੰਜ਼ਰਵੇਟਿਵ ਸੋਚ ਵਾਲੇ ਲੋਕ ਆ ਉਹਨਾਂ ਵਿੱਚ ਵੀ ਸਾਡੇ ਲੋਕ ਹੈ ਯਾਨੀ ਕਿ ਆਪਾਂ ਹਰ ਥਾਂ ਤੁਹਾਨੂੰ ਬਰਾਬਰ ਦੇ ਸ਼ਰੀਕ ਮਿਲਾਂਗੇ। ਇਹ ਤਾਂ ਪੋਲੀਟੀਕਲੀ ਔਰ ਇੱਥੋਂ ਤੱਕ ਕਿ ਟੂਡੋ ਸਾਹਿਬ ਨੇ ਤਾਂ ਪਿਛਲੇ ਸਮੇਂ ਇੱਕ ਵਾਰੀ ਮੋਦੀ ਸਾਹਿਬ ਨੂੰ ਇਹ ਵੀ ਕਹਿਤਾ ਸੀ ਜਿਹੜਾ ਉਹਨਾਂ ਨੂੰ ਬਹੁਤ ਚੁਭਿਆ ਸੀਗਾ ਜਿਹਦੇ ਕਰਕੇ ਟੂਡੋ ਸਾਹਿਬ ਨੂੰ ਸ਼ਾਇਦ ਉਹ ਮਾਣ ਸਨਮਾਨ ਵੀ ਭਾਰਤ ਵਿੱਚ ਗਿਆ ਨੂੰ ਨਹੀਂ ਮਿਲਿਆ ਕਿ ਮੇਰੀ ਕੈਬਨਿਟ ਦੇ ਵਿੱਚ ਜਿੰਨੇ ਪੰਜਾਬੀ ਜਾਂ ਸਿੱਖ ਨੇ ਉਹ ਤੁਹਾਡੇ ਹਿੰਦੁਸਤਾਨ ਦੀ ਕੈਬਨਿਟ 'ਚ ਨਹੀਂ ਆ ਕਿ ਸਾਡਾ ਓਰੀਜਨ ਜਿਹੜਾ ਉਹ ਅਸੀਂ ਭਾਰਤੀ ਮੂਲ ਕਹਿੰਦੇ ਆਪਣੇ ਆਪ ਨੂੰ ਅਤੇ ਭਾਰਤ ਦੇ ਵਿੱਚ ਜਿੰਨੀ ਕੁ ਸਾਡੀ ਗਿਣਤੀ ਹੈ 0.25% ਸਿੱਖਾਂ ਦੀ ਖਾਸ ਕਰਕੇ 1.5 to 2% ਉਹ ਰੇਸ਼ੋ ਅਸੀਂ ਇੱਥੇ ਕੈਨੇਡਾ 'ਚ ਵੀ ਲਗਭਗ ਬਣਾਈ ਹੋਈ ਆ 2% ਦੇ ਕਰੀਬ ਅਸੀਂ ਇੱਥੇ ਵੀ ਹਾਂ ਪਰ ਸਾਡੀ ਜਿਹੜੀ ਪਾਰਟੀਸਪੇਸ਼ਨ ਹੈ ਨਾ ਸਿਰਫ ਪੋਲੀਟਿਕਸ ਦੇ ਵਿੱਚ ਬਾਕੀ ਸੋਸ਼ਲ ਕੰਮਾਂ ਦੇ ਵਿੱਚ ਵੀ ਅਸੀਂ ਆਪਣੀ ਗਿਣਤੀ ਤੋਂ ਕਈ ਗੁਣਾ ਵੱਧ ਅੱਗੇ ਹਾਂ। ਇਹਨੂੰ ਲੈ ਕੇ ਹੁਣ ਜੈਲਸੀ ਵੀ ਸ਼ੁਰੂ ਹੋ ਗਈ ਵੈਸੇ ਜਿਹੜੀ ਚੀਜ਼ ਆਪਾਂ ਗੱਲ ਕਰ ਰਹੇ ਹਾਂ ਨਾ ਜਿਹੜਾ ਭਾਰਤ ਦੇ ਦੂਜੇ ਸਿਜਵਾਏ ਲੋਕ ਨੇ ਖਾਸ ਕਰਕੇ ਗੁਜਰਾਤੀ ਜਿਹੜੇ ਇਸ ਵੇਲੇ ਸਮਝਦੇ ਨੇ ਕਿ ਅਸੀਂ ਇਸ ਵੇਲੇ ਭਾਰਤ ਨੂੰ ਰਨ ਕਰ ਰਹੇ ਹਾਂ ਉਹਨਾਂ ਲੋਕਾਂ 'ਚ ਇੱਕ ਜੈਲਸੀ ਵੀ ਹੋ ਗਈ ਔਰ ਪਿੱਛੇ ਜਿਹੜੀਆਂ ਇਹ ਚੀਜ਼ਾਂ ਆਰ ਐਸ ਐਸ ਵਾਲੀਆਂ ਜੇ ਉਹ ਇੱਥੇ ਡਿਵੀਜ਼ਨ ਇੱਥੇ ਵੀ ਸ਼ੁਰੂ ਹੋ ਗਈ ਕਿ ਜਿਹੜੀ ਇਹ ਪੰਜਾਬੀਆਂ ਦੀ ਵੱਸੋਂ ਆ ਜਾਂ ਸਿੱਖਾਂ ਦੀ ਵੱਸੋਂ ਆ ਇਹਨਾਂ ਦੀ ਗਿਣਤੀ ਬਹੁਤ ਘੱਟ ਹੈ ਪਰ ਇਹਨਾਂ ਦੀ ਹਰ ਕੰਮ 'ਚ ਪਾਰਟੀਸਪੇਸ਼ਨ ਜ਼ਿਆਦਾ ਇਹਨੂੰ ਕਿੱਦਾਂ ਰੋਕਿਆ ਜਾਵੇ ਯਾਨੀ ਕਿ ਉਹ ਗੰਦੀ ਗੇਮ ਜਿਹੜੀ ਮੈਂ ਕਿਹਾ ਕਿ ਜਿੱਦਾਂ ਅਸੀਂ ਜਿੱਥੇ ਜਾਂਦੇ ਹਾਂ ਆਪਣਾ ਸੁਭਾਅ ਕਲਚਰ ਨਾਲ ਲੈ ਕੇ ਜਾਂਦੇ ਹਾਂ ਇਸੇ ਤਰ੍ਹਾਂ ਹੀ ਉਹ ਰਾਹ 'ਚ ਰੋੜੇ ਟਕਾਉਣ ਵਾਲਾ ਸੁਭਾਅ ਵੀ ਸਾਡੇ ਕਿਤੇ ਨਾ ਕਿਤੇ ਨਾਲ ਹੀ ਆਇਆ ਹੋਇਆ ਅਤੇ ਇਸ ਤਰ੍ਹਾਂ ਦੀ ਸਥਿਤੀ ਇੱਥੇ ਵੀ ਬਣ ਰਹੀ ਆ ਹੌਲੀ ਹੌਲੀ ਕਿ ਅਸੀਂ ਹੁਣ ਇੱਥੇ ਵੰਡੇ ਜਾ ਰਹੇ ਹਾਂ ਹਿੰਦੂ ਆ ਸਿੱਖ ਹੈ ਮੁਸਲਿਮ ਹੈ ਮੁਸਲਿਮ ਵੱਸੋ ਆ ਮਿਸੀ ਸਾਗਾ 'ਚ ਆਪਾਂ ਗਿਣਦੇ ਹਾਂ ਜਦੋਂ ਉੱਥੇ ਜ਼ਿਆਦਾ ਲੱਗ ਰਹੀ ਹੈ ਬ੍ਰੈਂਪਟਨ 'ਚ ਪੰਜਾਬੀ ਸਿੱਖ ਜ਼ਿਆਦਾ ਨਜ਼ਰ ਆਉਣਗੇ ਇੱਕ ਤਰ੍ਹਾਂ ਦੇ ਗੈਟੋ ਅਸੀਂ ਇੱਥੇ ਵੀ ਬਣਾ ਲੈਂਦੇ ਆਪੋ ਆਪਣੇ ਏਰੀਏ ਕਿ ਅਸੀਂ ਉੱਥੇ ਉਹਦੇ ਕਈ ਕਾਰਨ ਵੀ ਨੇ ਕਿ ਜਿੱਥੇ ਪਹਿਲਾਂ ਆਪਣੇ ਲੋਕ ਵੱਸੇ ਹੁੰਦੇ ਉੱਥੇ ਜਾ ਕੇ ਲੋਕਾਂ ਨੇ ਬੈਠਣਾ ਹੁੰਦਾ ਕਈ ਕਾਰਨ ਨੇ। ਸੋ ਬਾਕੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਮੀਡੀਆ ਦਾ ਰੋਲ ਮੀਡੀਆ ਸਾਡਾ ਬਹੁਤ ਇੱਥੇ ਪ੍ਰਫੁੱਲਤ ਹੈ ਪਰ ਮੈਂ ਸਮਝਦਾ ਕਿ ਜੇ ਉਸ ਮੁਕਾਮ ਤੇ ਅਸੀਂ ਨਹੀਂ ਪਹੁੰਚੇ ਕਿ ਜਿਹੜਾ ਉਹ ਲੈਵਲ ਆ ਕੰਪੀਟ ਕਰ ਸਕੀਏ ਅਸੀਂ ਜਿਹੜਾ ਬਾਕੀ ਮੇਨ ਸਟ੍ਰੀਮ ਮੀਡੀਆ ਹੈ ਜਾਂ ਜਿਹੜੇ ਆਪਾਂ ਕਹਿ ਸਕਦੇ ਹਾਂ ਇੱਥੋਂ ਦਾ ਮਾਹੌਲ ਹੈ। ਅਸੀਂ ਅੱਜ ਵੀ ਸਾਡੇ ਮੀਡੀਆ ਇਨਕਲੂਡਿੰਗ ਮੀ ਅਸੀਂ ਸਾਰਾ ਦਿਨ ਪੰਜਾਬ ਡਿਸਕਸ ਕਰਦੇ ਹਾਂ ਆਪਣੀ ਪੋਲੀਟਿਕਸ ਡਿਸਕਸ ਕਰਦੇ ਹਾਂ ਜਿੱਥੇ ਅਸੀਂ ਬੈਠੇ ਹੋਏ ਹਾਂ ਇੱਥੋਂ ਦੇ ਸਰਵਕਾਰਾਂ ਨੂੰ ਅਜੇ ਅਸੀਂ ਉੱਥੋਂ ਤੱਕ ਨਹੀਂ ਲੈ ਕੇ ਜਾ ਸਕੇ ਜਿੱਥੇ ਸਾਨੂੰ ਲੈ ਕੇ ਜਾਣਾ ਚਾਹੀਦਾ ਹੈ। ਸੋ ਸਾਡੀਆਂ ਆਪਣੀਆਂ ਲਿਮੀਟੇਸ਼ਨ ਨੇ ਕੁਝ ਉਹਦੇ ਵਿੱਚ ਇਕਨੋਮੀਕਲ ਆਰਥਿਕ ਜਿਹੜੀਆਂ ਚੀਜ਼ਾਂ ਨੇ ਉਹ ਵੀ ਨੇ ਜਿਹੜਾ ਸਾਡਾ ਇਹ ਮੀਡੀਆ ਹੈ ਖਾਸ ਕਰਕੇ ਪੰਜਾਬੀ ਮੀਡੀਆ ਜਾਂ ਜਿੰਨਾ ਵੀ ਐਥਨਿਕ ਮੀਡੀਆ ਹੈ ਉਹਦਾ ਲੈਵਲ ਅਜੇ ਜੇ ਅਸੀਂ ਕਹੀਏ ਤਾਂ ਉਹ ਨਹੀਂ ਬਣ ਸਕਿਆ। ਦੂਸਰੀ ਗੱਲ ਹੈ ਮੀਡੀਆ ਵਿੱਚ ਲੋਕਾਂ ਦੀ ਸ਼ਮੂਲੀਅਤ
ਜਿਵੇਂ ਤੁਸੀਂ ਵੇਖ ਰਹੇ ਹੋ ਸੋਸ਼ਲ ਮੀਡੀਆ ਤੇ ਅੱਜ ਕੱਲ ਇੱਕ ਕਾਮਨ ਪਲੇਟਫਾਰਮ ਬਣ ਗਏ, ਚੰਗੇ ਲੋਕ ਵੀ ਆ ਤੇ ਉਹੋ ਜਿਹੇ ਲੋਕ ਵੀ ਆ ਗਏ ਜਿਹੜੇ ਸਾਰਾ ਦਿਨ ਦੂਜਿਆਂ ਨੂੰ ਗਾਲੀਆਂ ਦੇਣ ਲਈ ਆਉਂਦੇ ਆ। ਇਸੇ ਤਰ੍ਹਾਂ ਦਾ ਸਾਡੇ ਇੱਥੇ ਮੀਡੀਆ ਚ ਵੀ ਆ। ਜਿਸ ਵਿਅਕਤੀ ਨੇ ਟਰੱਕ ਚਲਾਉਂਦਿਆਂ ਚਲਾਉਂਦਿਆਂ ਹੋਰ ਕੋਈ ਕੰਮ ਨਹੀਂ ਲੱਭਿਆ, ਉਹਨੂੰ ਲੱਗਦਾ ਕਿ ਸੌਖਾ ਕੰਮ ਹੈ ਮਾਈਕ ਤੇ ਬੈਠ ਕੇ ਰੇਡੀਓ ਤੇ ਬਹਿ ਕੇ ਕੋਈ ਕੰਮ ਕਰ ਲਾਂਗੇ, ਉਹ ਉਧਰ ਨੂੰ ਤੁਰ ਪੈਂਦੇ ਆ। ਬਹੁਤ ਸਾਰੇ ਲੋਕਾਂ ਦੀ ਉਹ ਕੁਆਲੀਫਿਕੇਸ਼ਨ, ਮੈਂ ਨਹੀਂ ਕਹਿੰਦਾ ਕਿ ਸਾਰਿਆਂ ਕੋਲ ਜਰਨਲਿਜ਼ਮ ਹੀ ਹੋਵੇ, ਮੈਂ ਮੇਰੇ ਸਮੇਤ ਮੈਂ ਕਿਹੜਾ ਜਰਨਲਿਜ਼ਮ ਪੜ੍ਹਿਆ ਤੇ, ਪਰ ਇਹਦੇ ਬਾਵਜੂਦ ਉਹ ਥੋੜ੍ਹੀ ਬਹੁਤੀ ਮੀਡੀਆ ਦੇ ਉੱਤੇ ਜਿਹੜੀ ਸ਼ਬਦਾਂ ਦੀ ਚੋਣ ਹੋਣੀ ਚਾਹੀਦੀ ਆ, ਜਿਸ ਤਰੀਕੇ ਦੀਆਂ ਗੱਲਾਂ ਬਾਤਾਂ ਹੋਣੀਆਂ ਚਾਹੀਦੀਆਂ, ਉਹ ਅਜੇ ਅਸੀਂ ਉਸ ਮੁਕਾਮ ਤੇ ਨਹੀਂ ਪਹੁੰਚੇ, ਅਸੀਂ ਬਹੁਤ ਬਿਹਾਈਂਡ ਹੈ। ਉਹਦੇ ਲਈ ਕੰਮ ਹੋ ਰਿਹਾ ਲਗਾਤਾਰ, ਕੁੱਝ ਅਦਾਰੇ ਬਣ ਰਹੇ ਆ, ਹੌਲੀ ਹੌਲੀ ਅਸੀਂ ਸ਼ਾਇਦ ਆਉਣ ਵਾਲੇ 10-15 ਸਾਲਾਂ ਦੇ ਵਿੱਚ ਜਿਹੜਾ ਉਹ ਮੁਕਾਮ ਵੀ ਹਾਸਲ ਕਰ ਲਾਂਗੇ ਕਿ ਸਾਡੇ ਮੀਡੀਆ ਨੂੰ ਵੀ ਉਨੀ ਮਾਨਤਾ ਮਿਲ ਜਾਏਗੀ ਜਿੰਨੀ ਦੂਜੇ ਇੰਗਲਿਸ਼ ਮੀਡੀਆ ਨੂੰ ਮਿਲਦੀ ਆ, ਮੇਨ ਸਟ੍ਰੀਮ ਮੀਡੀਆ ਨੂੰ ਮਿਲਦੀ ਆ। ਹਾਂ, ਸਾਡੇ ਕੋਲ ਆਉਂਦੇ ਨੇ, ਸਾਡੇ ਕੋਲ ਸਾਡੇ ਪੋਲੀਟੀਸ਼ੀਅਨ ਆਉਂਦੇ ਨੇ, ਸਾਡੇ ਪ੍ਰਾਈਮ ਮਿਨਿਸਟਰ ਆਉਂਦੇ ਨੇ, ਪਰ ਸਾਡੀ ਅਜੇ ਉਹ ਸੁਣਵਾਈ ਨਹੀਂ ਆ। ਸਾਨੂੰ ਨਾ ਉਸ ਤਰ੍ਹਾਂ ਦੀ ਕੋਈ ਏਡ ਵੀ ਮਿਲਦੀ ਅਜੇ ਸਿੱਧੇ ਤੌਰ ਤੇ, ਨਾ ਕੋਈ ਸਰਕਾਰੀ ਇਸ਼ਤਿਹਾਰ ਉਸ ਤਰੀਕੇ ਦੇ ਮਿਲਦੇ ਆ, ਨਾ ਕੋਈ ਮੀਡੀਆ ਨੂੰ ਚਲਾਉਣ ਲਈ ਤੁਸੀਂ ਜਾਣਦੇ ਹੋ ਕਿੰਨਾ ਕੋਈ ਤਰੱਦਦ ਕਰਨੇ ਪੈਂਦੇ ਆ। ਸੋ ਉਸ ਚੀਜ਼ ਨੂੰ ਹਾਸਲ ਕਰਨ ਲਈ ਸਾਨੂੰ ਪਹਿਲਾਂ ਆਪਣੇ ਆਪ 'ਚ ਸੁਧਾਰ ਲਿਆਉਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਮੀਡੀਆ ਨੂੰ ਰਨ ਕਰਨ, ਕਿਸ ਤਰ੍ਹਾਂ ਦੀ ਉਹਨਾਂ ਦੀ ਕੋਈ ਕੁਆਲੀਫਿਕੇਸ਼ਨ ਹੋਵੇ ਤੇ ਕੋਈ ਸੈਲਫ ਡਿਸਿਪਲਿਨ ਦੀ ਭਾਵਨਾ ਵੀ ਹੋਵੇ ਵੀ ਅਸੀਂ ਕੀ ਕਹਿਣਾ ਤੇ ਕੀ ਨਹੀਂ ਕਹਿਣਾ। ਅਸੀਂ ਉਹ ਤੋਂ ਅਜੇ ਬਹੁਤ ਪਿੱਛੇ ਹਾਂ ਮੈਨੂੰ ਲੱਗਦਾ ਜੀ। ਬਿਲਕੁਲ ਤੁਸੀਂ ਸਹੀ ਕਹਿੰਦੇ ਹੋ, ਬਾਜ਼ ਚੀਜ਼ਾਂ ਆਉਂਦੀਆਂ ਨੇ ਕਿ ਉਹਨਾਂ ਨੂੰ ਵੇਲੇ ਦੀਆਂ ਜਿਹੜੀਆਂ ਸਹੂਲਤਾਂ ਆਉਂਦੀਆਂ ਉਹ ਖਿਲਾਰ ਦਿੰਦੀਆਂ ਹਨ। ਉਹਦੇ ਵਿੱਚੋਂ ਫਿਰ ਉਹਨਾਂ ਦੀ ਇੱਕ ਆਪਣੀ ਹੀ ਸੂਰਤ ਬਣਦੀ ਹੈ, ਉਹ ਜਿਹੜੀ ਚੰਗੀ ਚੱਜ ਦੀ ਜਿਸ ਨੂੰ ਅਸੀਂ ਪੰਜਾਬੀ 'ਚ ਬੋਲਦੇ ਹਾਂ। ਤੇ ਜਿਤਨਾ ਵੀ ਸਾਡਾ ਮੀਡੀਆ ਹੈ, ਸੋਸ਼ਲ ਮੀਡੀਆ ਹੈ, ਇਹ ਬੁਨਿਆਦੀ ਤੌਰ ਤੇ ਸਾਡੇ ਜਿਹੜੀ ਜ਼ਿਹਨਾਂ ਦੀ ਇੱਕ ਤੁਸੀਂ ਕਹਿ ਲਓ ਕਿ ਜੋ ਰਿਫਲੈਕਟ ਕਰ ਰਹੀ ਹੁੰਦਾ ਉਹੀ ਸਾਨੂੰ ਉਹਨਾਂ ਦੇ ਸਾਹਮਣੇ ਨਜ਼ਰ ਆ ਰਹੀ ਹੁੰਦਾ, ਲੇਕਿਨ ਕੁਆਲਿਟੀ ਵਰਕ ਬਹਿਰਹਾਲ ਉਹ ਨਜ਼ਰ ਆਉਂਦਾ ਹੈ। ਔਰ ਜਿਵੇਂ ਵੇ ਆਫ ਟਾਕ ਹੁੰਦਾ ਹੈ ਜਾਂ ਕਿ ਤੁਸੀਂ ਡਿਸਕਸ ਕੀ ਕਰ ਰਹੇ ਹੋ, ਮੁੱਦੇ ਕਿਹੜੇ ਹਨ ਤੁਹਾਡੇ ਕੋਲ ਡਿਸਕਸ ਕਰਨ ਲਈ, ਉੱਥੋਂ ਪਤਾ ਚੱਲਦਾ ਹੈ ਕਿ ਕਿਹੜਾ ਜਰਨਲਿਜ਼ਮ ਦੇ ਨਾਲ ਜੁੜਿਆ ਹੋਇਆ ਹੈ ਔਰ ਕਿਹੜਾ ਡੰਗ ਟਪਾਊ ਹੈ। ਹੈ ਬਿਲਕੁਲ, ਇਹ ਖੇਡ ਹੈ ਵੀਵਰਸ਼ਿਪ ਦੀ ਕਿ ਵੀਵਰਸ਼ਿਪ ਉਹਨਾਂ ਨੂੰ ਮਿਲਦੀ ਹੈ ਜਿਹੜੇ ਜਰਨਲਿਜ਼ਮ ਦੇ ਕਰੀਬ ਕਰੀਬ ਹੀ ਨਹੀਂ ਹੈ। ਉਹ ਸਾਡੀ ਹੋਰ ਸੁਸਾਇਟੀ ਦੇ ਅੰਦਰ ਉਹ ਸੁਚੱਜਾਪਨ ਅਜੇ ਨਹੀਂ ਆਇਆ ਜਿਹੜਾ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਵੇਲੇ ਦੇ ਵਿੱਚ ਆਏਗਾ। ਔਰ ਖਾਸ ਕਰ ਇੱਥੇ ਪਾਕਿਸਤਾਨ ਦੇ ਬੈਠੇ ਹੋਏ ਅੰਦਰ ਅਸੀਂ ਇਹ ਵੀ ਆਸ ਕਰਦੇ ਹਾਂ ਕਿ ਸਾਡੇ ਵਾਸਤੇ ਕੈਨੇਡਾ ਹੀ ਮਿਸਾਲ ਬਣ ਜਾਵੇ, ਉਹ ਪੰਜਾਬੀ ਬੋਲੀ ਦੀ ਮਿਸਾਲ ਹੋਵੇ, ਪੰਜਾਬੀ ਕਲਚਰ ਦੀ ਹੋਵੇ, ਪੰਜਾਬੀ ਜਰਨਲਿਜ਼ਮ ਦੀ ਹੋਵੇ, ਪੰਜਾਬ ਦੀ ਤਰੱਕੀ ਦੀ ਹੋਵੇ, ਕਿਸੇ ਪੰਜਾਬੀ ਦੀ ਤਰੱਕੀ ਦੀ ਹੋਵੇ, ਅਤੇ ਅਸੀਂ ਕੈਨੇਡਾ ਦੀ ਖੁੱਲ੍ਹ ਕੇ ਮਿਸਾਲ ਦੇ ਦਈਏ ਕਿ ਸਾਡਾ ਪੰਜਾਬ ਜਾਂ ਸਾਡੇ ਪੰਜਾਬੀਆਂ ਨੇ ਇਹ ਕੀਤਾ। ਮੇਰਾ ਸਰ ਲਾਸਟ ਕੁਐਸਚਨ ਹੈ, ਪੰਜਾਬ ਦਾ ਫਿਊਚਰ ਕੀ ਦੇਖਦੇ ਹੋ? ਪੰਜਾਬ ਦਾ ਆਉਣ ਵਾਲਾ ਕੱਲ੍ਹ, ਪੰਜਾਬੀਆਂ ਦਾ ਆਉਣ ਵਾਲਾ ਕੱਲ੍ਹ, ਇੱਕ ਹੋਲ ਪੂਰੀ ਦੁਨੀਆ 'ਤੇ, ਇੰਡੀਆ ਪਾਕਿਸਤਾਨ ਦੇ ਨਾਲ ਨਾਲ ਪੰਜਾਬੀ ਡੈਸਪੋਰਾ ਔਰ ਉਹਦੇ ਨਾਲ ਨਾਲ ਪੰਜਾਬੀਆਂ ਦੀ ਜਿਹੜੀ ਆਪਸੀ ਸਾਂਝ ਹੈ, ਕਿਆ ਉਹ ਪਹਿਲੇ ਨਾਲੋਂ ਵਧੇਗੀ ਜਾਂ ਕਿ ਫਿਰ ਉਸੇ ਤਰੀਕੇ ਨਾਲ ਜਿਵੇਂ 47 ਵਾਪਰੀ ਸੀ? ਕੋਈ ਐਸੇ ਇੰਸੀਡੈਂਟ ਕਰਨ ਦੀ ਕੋਈ ਸੋਚ ਪਿੱਛੇ ਐਸੀ ਤੁਹਾਨੂੰ ਨਜ਼ਰ ਆਉਂਦੀ ਹੈ ਕਿ ਜਿਹੜੀ ਫਿਰ ਇਹਨਾਂ ਨੂੰ ਦੂਰ ਕਰ ਦੇਵੇ? ਡੈਫੀਨੇਟਲੀ ਸਾਨੂੰ ਅੱਖਾਂ ਖੋਲ੍ਹ ਕੇ ਚੱਲਣਾ ਪਏਗਾ ਰਜਾ ਸਾਹਿਬ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਪਰ ਹੁਣ ਬਦਲੇ ਦੌਰ ਦੇ ਵਿੱਚ ਸ਼ਾਇਦ ਅਸੀਂ ਉਸ ਤਰ੍ਹਾਂ ਦੀ ਗਲਤੀ ਦੁਹਰਾਵਾਂਗੇ ਨਹੀਂ, ਕਦੀ ਵੀ ਨਹੀਂ ਦੁਹਰਾਵਾਂਗੇ, ਚਾਹੇ ਜੋ ਮਰਜ਼ੀ ਜਿਹੜੀਆਂ ਇਹ ਫੋਰਸਿਸ ਨੇ ਪਿੱਛਾ ਖਿੱਚਣ ਵਾਲੀਆਂ ਫੋਰਸਿਸ ਨੇ ਉਹ ਸਾਨੂੰ ਰੋਕਣਗੀਆਂ, ਜਗ੍ਹਾ ਜਗ੍ਹਾ ਰੋਕਣਗੀਆਂ। ਤੁਸੀਂ ਦੇਖ ਰਹੇ ਹੋ ਹੁਣ, ਹੁਣੇ ਤੁਸੀਂ ਜ਼ਿਕਰ ਕੀਤਾ ਕਿ ਸਾਡੇ ਜਿਹੜੇ ਨੈਸ਼ਨਲ ਹੀਰੋ ਨੇ ਜਿਹਨਾਂ ਨੂੰ ਅਸੀਂ ਪੂਰੀ ਸ਼ਿੱਦਤ ਨਾਲ ਹੁਣ ਤੱਕ ਮੰਨਦੇ ਹਾਂ ਅਤੇ ਮੰਨਦੇ ਰਹਾਂਗੇ,
ਉਹਨਾਂ ਦੇ ਬਾਰੇ ਬੋਲ ਕਬੋਲ ਬੋਲੇ ਜਾ ਰਹੇ ਆ ਕੁਝ ਇੱਕ ਲੋਕਾਂ ਵੱਲੋਂ ਭਾਰਤ ਵਾਲੇ ਪਾਸਿਓਂ, ਖਾਸ ਕਰਕੇ ਮੈਂ ਦੇਖ ਰਿਹਾ ਜਿਹੜਾ ਸਿਮਰਜੀਤ ਮਾਨ ਵਾਲਾ ਤੁਹਾਡੇ ਜੇਲ੍ਹ ਚ ਹੋਏਗਾ ਇਹਨਾਂ ਦਿਨਾਂ ਦੇ ਵਿੱਚ ਚੱਲ ਰਹੀ ਚਰਚਾ ਦਾ ਕਰਕੇ ਆ, ਇਹ ਸਾਰੇ ਉਹ ਲੋਕ ਨੇ ਜਿਹੜੇ ਉਸੇ ਤਰ੍ਹਾਂ ਦਾ ਹੀ ਪ੍ਰਭਾਵ ਸਿਰਜ ਰਹੇ ਨੇ ਜਿੱਦਾਂ ਦਾ 1940-40 ਚ ਲੀਗੀਆਂ ਨੇ ਸਿਰਜਿਆ, ਜਿੱਦਾਂ ਦਾ ਉਸ ਸਮੇਂ ਦੇ ਹਿੰਦੂ ਕੱਟੜਵਾਦੀਆਂ ਨੇ ਸਿਰਜਿਆ ਸੀਗਾ। ਅਕਾਲੀ ਲੀਡਰਸ਼ਿਪ ਉਦੋਂ ਇੰਨੀ ਸੂਝਵਾਨ ਨਹੀਂ ਸੀਗੀ ਤੇ ਇੱਕ ਦਬਾਅ ਥੱਲੇ ਬਹੁਤ ਘੱਟ ਗਿਣਤੀ ਹੋਣ ਕਰਕੇ ਦਬਾਅ ਥੱਲੇ ਸੀਗੀ। ਉਹਨਾਂ ਦੀ ਕੋਈ ਵੀ ਜਿਹੜੀ ਦਲੀਲ ਅਪੀਲ ਜਿਹੜੀ ਸੀ ਨਾ, ਕੋਈ ਉਸ ਪਾਏ ਦੀ ਨਹੀਂ ਸੀ ਕਿ ਉਹਨਾਂ ਨੂੰ ਕੋਈ ਸੁਣਦਾ ਜਾਂ ਉਹਤੇ ਵੀ ਕੋਈ ਅਮਲ ਕਰਦਾ। ਕੋਈ ਐਡਾ ਸੁਚੱਜਾ ਲੀਡਰ ਸ਼ਾਇਦ ਉਸ ਸਮੇਂ ਵੀ ਨਹੀਂ ਸੀ। ਉਹਨਾਂ ਸਮਿਆਂ 'ਚ ਬਲਦੇਵ ਸਿੰਘ ਦੀ ਗੱਲ ਕੀਤੀ ਜਾਂਦੀ, ਮਾਸਟਰ ਤਾਰਾ ਸਿੰਘ ਦੀ ਗੱਲ ਕੀਤੀ ਜਾਂਦੀ ਆ, ਪਰ ਉਹ ਵੀ ਕਿਤੇ ਨਾ ਕਿਤੇ ਇਹਨਾਂ ਦੇ ਉਹ ਜਿਹੜਾ ਗੁੰਮਰਾਹ ਕੌਣ ਪ੍ਰਚਾਰ ਉਹਦੇ ਵਿੱਚ ਫਸ ਗਏ, ਇੱਧਰ ਉੱਧਰ ਹੋ ਗਏ। ਜੇ ਆਪਾਂ ਉਦਾਂ ਸੋਚੀਏ ਜੇ ਉਸ ਸਮੇਂ ਦੀ ਲੀਡਰਸ਼ਿਪ ਇਹ ਫੈਸਲਾ ਕਰਦੀ ਕਿ ਅਸੀਂ ਪਾਕਿਸਤਾਨ ਨਾਲ ਰਹਿਣਾ, ਤੇ ਕੀ ਸਿੱਖਾਂ ਦੀ ਜਿਹੜੀ ਹੁਣ ਪੋਜੀਸ਼ਨ ਹੈ ਉਹਦੇ ਨੂੰ ਬਿਹਤਰ ਹੋਣੀ ਸੀ ਤੁਹਾਨੂੰ ਲੱਗਦਾ? ਮੇਰੇ ਖਿਆਲ ਨਹੀਂ, ਕਿਉਂਕਿ ਜਿਸ ਤਰੀਕੇ ਦਾ ਮਾਹੌਲ ਉਸ ਸਮੇਂ ਸਿਰਜਿਆ ਗਿਆ ਸੀ, ਸ਼ਾਇਦ ਉਦੋਂ ਦੀ ਲੀਡਰਸ਼ਿਪ ਨੂੰ ਇਹੋ ਹੀ ਲੱਗਿਆ ਹੋਵੇ ਕਿ ਅਸੀਂ ਜੇ ਇੰਡੀਆ ਵਾਲੇ ਪਾਸੇ ਰਹਿੰਦੇ ਹਾਂ ਤੇ ਸ਼ਾਇਦ ਅਸੀਂ ਜ਼ਿਆਦਾ ਸੇਫ ਰਵਾਂਗੇ। ਪਰ ਹੋਇਆ ਨਹੀਂ, ਉਸ ਤਰ੍ਹਾਂ ਹੋਇਆ ਨਹੀਂ। ਬੜੀਆਂ ਦੇਖੋ 1947 ਚ ਮੁਲਕ ਡਿਵਾਈਡ ਹੁੰਦਾ ਤੇ ਮੇਰੇ ਖਿਆਲ ਚ ਜਦੋਂ ਅਸੀਂ ਜਨਮੇ ਹਾਂ 57-57 ਚ, ਉਹਨਾਂ ਦਿਨਾਂ ਚ ਪੰਜਾਬ ਚ ਮੂਵਮੈਂਟ ਖੜੀ ਹੋ ਜਾਂਦੀ ਹੈ ਕਿ ਸਾਡੇ ਨਾਲ ਕੀਤੇ ਵਾਅਦੇ ਪੂਰੇ ਕਰੋ। ਤੇ 66 ਚ ਜਾ ਕੇ 66 ਦੇ ਵਿੱਚ 61 ਦੀ ਮਰਦਮਸ਼ੁਮਾਰੀ ਤੱਕ ਪਹੁੰਚਦਿਆਂ 10-12 ਸਾਲਾਂ ਚ ਹਿੰਦੂ ਤੇ ਸਿੱਖਾਂ ਦੇ ਵਿੱਚ ਇੱਕ ਨਖੇੜਾ ਆ ਜਾਂਦਾ ਕਿ ਕੀ ਕਰਨਾ ਕੀ ਨਹੀਂ, ਉਹ ਇੱਕ ਲਾਈਨ ਖਿੱਚੀ ਜਾਂਦੀ ਆ। ਬਿਲਕੁਲ ਉਸ ਤਰ੍ਹਾਂ ਹੀ ਜਿਹੜੀ ਪਾਰਟੀਸ਼ਨ ਤੋਂ ਪਹਿਲਾਂ ਮੁਸਲਿਮ ਤੇ ਦੂਜਿਆਂ 'ਚ ਖਿੱਚੀ ਗਈ ਸੀ, ਫਿਰ ਫਿਰ ਪੰਜਾਬ ਦੀ ਫਿਰ ਵੰਡ ਹੁੰਦੀ ਜਿਹੜੀ ਆਪਾਂ ਗੱਲ ਕਰ ਚੁੱਕੇ। ਹੁਣ ਸਾਡਾ ਸਵਾਲ ਤੁਹਾਡਾ ਇਹਦੇ ਨਾਲ ਰਿਲੇਟਡ ਨਹੀਂ ਆ, ਪਰ ਇਹ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਹੁਣ ਦੇ ਦੌਰ ਵਿੱਚ ਜਦੋਂ ਅਸੀਂ ਸਾਰਾ ਆਪਣਾ ਪਿਛੋਕੜ ਵੇਖਦੇ ਹਾਂ, ਇਤਿਹਾਸ ਪੜ੍ਹਦੇ ਹਾਂ ਤੇ ਉਹਨੂੰ ਸਮਝਣ ਦੇ ਕਾਬਲ ਹੋ ਗਏ ਹਾਂ, ਤੇ ਹੁਣ ਲੱਗਦਾ ਨਹੀਂ ਕਿ ਸਾਨੂੰ ਕੋਈ ਉਸ ਤਰੀਕੇ ਨਾਲ ਵੰਡ ਪਾਏਗਾ ਜਿੱਦਾਂ ਅਸੀਂ 47 ਚ ਵੰਡੇ ਗਏ ਸੀ। ਠੀਕ ਹੈ, ਵੰਡ ਹੋਈ ਆ, ਉਹਨੂੰ ਸਾਰੀਆਂ ਧਿਰਾਂ ਤਸਲੀਮ ਕਰਦੀਆਂ ਨੇ, ਕਰਨਾ ਚਾਹੀਦਾ। ਪਰ ਅਸੀਂ ਹੁਣ ਕਿਉਂਕਿ ਦੁਨੀਆਂ ਭਰ 'ਚ ਫੈਲ ਗਏ ਹਾਂ, ਹੁਣ ਟੋਰਾਂਟੋ ਵਿੱਚ ਇੱਥੇ ਜਿਹੜਾ ਪੰਜਾਬੀ ਮੁਸਲਿਮ ਭਾਈਚਾਰਾ ਉਹਦੀ ਗਿਣਤੀ ਬਹੁਤ ਜ਼ਿਆਦਾ, ਸਾਡੀ ਗਿਣਤੀ ਬਹੁਤ ਜ਼ਿਆਦਾ, ਅਸੀਂ ਇੱਥੇ ਭਰਾਵਾਂ ਵਾਂਗੂ ਰਹਿੰਦੇ ਹਾਂ। ਅਸੀਂ ਮਿਸਾਲ ਵਾਕਈ, ਤੁਸੀਂ ਕਹਿ ਰਹੇ ਹੋ ਕੈਨੇਡਾ ਮਿਸਾਲ ਬਣੇ, ਅਸੀਂ ਵੀ ਚਾਹਵਾਂਗੇ ਕਿ ਅਸੀਂ ਆਪਣੇ ਪਿੱਛੇ ਛੱਡੇ ਉਸ ਖਿੱਤੇ ਲਈ ਇੱਕ ਮਿਸਾਲ ਪੈਦਾ ਕਰੀਏ ਕਿ ਅਸੀਂ ਰਲ ਮਿਲ ਕੇ ਪੰਜਾਬੀ ਕਲਚਰ ਜਿਹੜਾ ਉਹਨੂੰ ਕਿੱਥੋਂ ਤੱਕ ਲਿਜਾ ਸਕਦੇ ਹਾਂ। ਹਾਂ, ਇੱਥੇ ਵੀ ਅਜੇ ਉਹ ਗੈਟੋ ਹੈਂਡ ਨੇ, ਮੈਂ ਤੁਹਾਨੂੰ ਕਹਿ ਰਿਹਾ ਕਿ ਅਜੇ ਉਹ ਚੀਜ਼ਾਂ ਚੱਲ ਰਹੀਆਂ ਨੇ, ਪਰ ਇਹਨਾਂ 'ਚੋਂ ਸਾਨੂੰ ਬਾਹਰ ਨਿਕਲਣਾ ਪਏਗਾ, ਨਿਕਲਾਂਗੇ ਵੀ, ਕਿਉਂਕਿ ਹੁਣ ਉਹ ਦੌਰ ਨਹੀਂ ਹੈ, ਸੋਸ਼ਲ ਮੀਡੀਆ ਦਾ ਯੁੱਗ ਹੈ, ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਸਹੀ ਸਾਡੇ ਤੱਕ ਇਮੀਡੀਏਟਲੀ ਪਹੁੰਚਦੀ ਆ। ਪਿੱਛੇ ਕੀ ਹੋ ਰਿਹਾ, ਇੱਥੇ ਕੀ ਹੋ ਰਿਹਾ, ਤੁਸੀਂ ਵੀ ਫਾਲੋ ਕਰਦੇ ਹੋ ਰੋਜ਼। ਸੋ ਕੈਨੇਡਾ ਵਾਕਈ ਮਿਸਾਲ ਬਣੇਗਾ, ਇਕੱਲਾ ਕੈਨੇਡਾ ਹੀ ਨਹੀਂ, ਜਿਹੜੇ ਹੁਣ ਅਸੀਂ 5-6 ਪੰਜਾਬ ਕਹਿੰਦੇ ਹਾਂ ਦੁਨੀਆਂ ਭਰ 'ਚ ਫੈਲ ਗਏ ਅਸੀਂ, ਉਹ ਸਾਰੇ ਹੀ ਪਿੱਛੇ ਜਿਹੜੀਆਂ ਸਾਡੀਆਂ ਛੋਟੀਆਂ ਛੋਟੀਆਂ ਸੋਚਾਂ ਨੇ ਅਜੇ ਵੀ ਉਹਨਾਂ ਨੂੰ ਸੁਧਾਰਨ ਲਈ ਇੱਕ ਮਿਸਾਲ ਦਾ ਰੂਪ ਧਾਰਨ ਜ਼ਰੂਰ ਕਰਨਗੇ ਜੀ। ਬਹੁਤ ਸੋਹਣੀ ਗੱਲਬਾਤ ਸਰ, ਔਰ ਤੁਹਾਡਾ ਦਿਲੀ ਸ਼ੁਕਰਾਨਾ ਟਾਈਮ ਦੇਣ ਦਾ ਔਰ ਖੁੱਲ੍ਹ ਕੇ ਗੱਲ ਕਰਨ ਦਾ, ਅਤੇ ਪੂਰੀ ਆਸ ਹੈ ਕਿ ਪਾਰਟੀਸ਼ਨ ਦੇ ਇਸ ਸਿਲਸਿਲੇ ਤੋਂ ਬਾਅਦ ਅਸੀਂ ਹੋਰ ਮੁੱਦਿਆਂ 'ਤੇ ਵੀ ਗੱਲਬਾਤ ਕਰਾਂਗੇ। ਬਹੁਤ ਸ਼ੁਕਰੀਆ ਸਰ। ਬਹੁਤ ਸ਼ੁਕਰੀਆ ਜੀ, ਧੰਨਵਾਦ।